ਸਾਡੇ ਦੇਸ਼ ਪੰਜਾਬ ਤੇ ਅਜ਼ਲੋਂ ਹੋਣੀ ਕਾਬਜ ਹੋਈ ਸੋਹਣੀਆਂ ਵਿੱਚ ਝਨਾਂ ਦੇ ਡੁੱਬੀਆਂ ਮੋਹਰਾ ਖਾਧਾ ਹੀਰਾਂ ਰੰਗ ਬਰੰਗੇ ਸੋਹਣੇ ਪੰਛੀ ਇੱਥੋਂ ਤੁਰਦੇ ਹੋਏ ਥੋੜ੍ਹੇ ਉੱਲੂ ਬਾਟੇ ਰਹਿ ਗਏ ਬੈਠੇ ਜੰਡ ਕਰੀਰਾਂ 30 ਜੁਲਾਈ 2021 ਦਿਨ ਸ਼ੁੱਕਰਵਾਰ ਸਵਾਗਤ ਹੈ ਤੁਹਾਡਾ ਸ਼ੇਰੇ ਪੰਜਾਬ 600 AM ਡਾਇਲ 'ਤੇ। ਸਭ ਤੋਂ ਪਹਿਲਾਂ ਜੋ ਓਲੰਪਿਕਸ ਹੋ ਰਹੀਆਂ ਉਹਨਾਂ ਦੇ ਮੈਂ ਮੈਡਲਸ ਦੀ ਗਿਣਤੀ ਦੱਸਦਾ ਤੁਹਾਨੂੰ। ਸਭ ਤੋਂ ਨੰਬਰ 1 'ਤੇ ਚਾਈਨਾ ਹੈ, ਉਹ ਇਸ ਕਰਕੇ ਕਿ ਉਹਨਾਂ ਦੇ ਕੋਲ ਗੋਲਡ ਮੈਡਲ ਜ਼ਿਆਦਾ ਆ। ਵੈਸੇ ਟੋਟਲ ਦੇ ਵਿੱਚ ਜ਼ਿਆਦਾ US ਹੈ, ਉਹਨਾਂ ਦੇ ਕੋਲ 41 ਆ, ਚਾਈਨਾ ਦੇ ਕੋਲ 40 ਆ, ਪਰ ਗੋਲਡ ਮੈਡਲ ਚਾਈਨਾ ਕੋਲ 19 ਆ, US ਦੇ ਕੋਲ 14 ਹੈ। ਜਪਾਨ ਦੂਜੇ ਨੰਬਰ 'ਤੇ ਚੱਲ ਰਿਹਾ ਗੋਲਡ ਮੈਡਲ ਦੇ ਵਿੱਚ, ਅਤੇ ਰਸ਼ੀਆ ਚੌਥੇ 'ਤੇ, ਔਰ ਕੈਨੇਡਾ 11ਵੇਂ ਨੰਬਰ 'ਤੇ ਆ ਇਸ ਵੇਲੇ। ਇਹਨਾਂ ਦੇ ਕੋਲ 11 ਮੈਡਲ ਨੇ, ਚਾਰ ਗੋਲਡ ਮੈਡਲ ਨੇ, ਅਤੇ ਮੇਰਾ ਖਿਆਲ ਉੱਥੇ ਜੇ ਰਿਸ਼ਵਤਖੋਰੀ ਦਾ ਕੋਈ ਹੋਵੇ ਗੋਲਡ ਮੈਡਲ ਤਾਂ ਸਾਡੀ ਵੀ ਟੀਮ ਤਕੜੀ ਹੋਵੇ, ਖਾਸ ਤੌਰ 'ਤੇ ਪੰਜਾਬ ਪੁਲਿਸ ਦੀ, ਔਰ ਜਿਹੜੀ ਪੰਜਾਬ ਦੇ ਵਿੱਚ ਸਾਨੂੰ ਬਿਜਲੀ ਵਾਲੇ ਮਹਿਕਮੇ ਦੀ, ਇਹਨਾਂ ਦੇ ਤਾਂ ਬਹੁਤ ਬਹਾਦਰ ਆਦਮੀ ਆ ਇਹਨਾਂ ਦੇ ਨਾਲ। ਵੈਸੇ ਬਾਕੀ ਦੇ ਮਹਿਕਮੇ ਵੀ ਕੋਈ ਘੱਟ ਨਹੀਂ, ਇਹ ਜ਼ਿਆਦਾ ਬਦਨਾਮ ਹੋਏ ਆ। ਅਤੇ ਮੈਂ ਤਕਰੀਬਨ 10 ਮਹੀਨੇ ਤੋਂ ਬਾਅਦ ਇੱਥੇ ਆਇਆ, ਅਤੇ ਮੇਰੇ ਪ੍ਰੋਡਿਊਸਰ ਉਹ ਹੀ ਨੇ, ਵੈਸੇ ਉਹ 10 ਮਹੀਨਿਆਂ ਦੇ ਵਿੱਚ ਉਹ ਜ਼ਿਆਦਾ ਕੁਛ ਸਿੱਖਿਆ ਸੀ ਮੈਨੂੰ ਪਹਿਲੀਆਂ ਜਿਹੜੀਆਂ ਜਿਹੜੇ ਬਟਨ ਸਿੱਖੇ ਸੀ ਉਹ ਵੀ ਚੇਤਾ ਭੁੱਲ ਗਿਆ, ਪਰ ਹੁਣ ਦਿਸਣ ਲੱਗ ਪਿਆ, ਥੋੜ੍ਹੀ ਥੋੜ੍ਹੀ ਯਾਦ ਆਉਂਦੀ ਹੈ ਕਿ ਆਹ ਬਟਨ ਦੱਬੇ ਜਾ ਸਕਦੇ ਆ। ਔਰ ਗੱਲਾਂ ਬਾਤਾਂ ਕਰਾਂਗੇ ਅੱਜ ਸਭ ਤੋਂ ਪਹਿਲਾਂ ਤਾਂ ਉੱਥੇ ਹਿੰਦੁਸਤਾਨ ਦੇ ਵਿੱਚ ਮੁੜ ਕੇ ਦੁਬਾਰਾ ਫਿਰ ਕੇਰਲਾ ਦੇ ਵਿੱਚ, ਖਾਸ ਤੌਰ 'ਤੇ ਕੇਰਲ ਦੇ ਵਿੱਚ ਸਾਡੇ ਕੋਵਿਡ ਦੇ ਕੇਸਿਸ ਵੱਧ ਰਹੇ ਉਹਨਾਂ ਦੇ। ਪਹਿਲਾਂ ਉਹਨਾਂ ਨੂੰ ਚੰਗੇ ਸਮਝਿਆ ਜਾਂਦਾ ਸੀ, ਉਹਨਾਂ ਨੂੰ ਸ਼ਾਬਾਸ਼ ਦਿੰਦੇ ਸੀ ਕਿ ਕੇਰਲ ਦੀ ਸਰਕਾਰ ਨੇ ਸਭ ਤੋਂ ਵਧੀਆ ਕੰਮ ਕੀਤਾ ਹੈ, ਪਰ ਹੁਣ ਡੈਲਟਾ ਵਰਾਇਟੀ ਦਾ ਜ਼ਿਆਦਾ ਜਿਹਨੂੰ ਡੀ ਵਰਾਇਟੀ ਕਿਹਾ ਜਾਂਦਾ ਵੈਰੀਏਸ਼ਨ, ਉਹਦਾ ਜ਼ਿਆਦਾ ਖਤਰਾ ਹੈ। ਸਾਡੇ ਇੱਥੇ ਪਹਿਲਾਂ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਚਾਈਨਾ ਦੀ ਇੱਕ ਕੰਪਨੀ ਦੇ ਨਾਲ ਪਹਿਲਾਂ ਡੀਲ ਕੀਤੀ ਸੀ, ਅਤੇ ਜਦੋਂ ਉਹਨਾਂ ਨੇ ਡੇਟਾ ਦੇਣ ਤੋਂ ਨਾ ਕਰ ਦਿੱਤੀ ਤਾਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਨੱਠ ਭਾਰ ਕੀਤੀ ਇਹਨਾਂ ਨੇ। ਪਤਾ ਨਹੀਂ ਕਿੰਨੇ ਪੈਸੇ ਦਿੱਤੇ ਹੋਣੇ ਆ, ਉਹ ਤਾਂ ਕਿਤੇ ਆਡਿਟਿੰਗ ਕਰਵਾਈ ਤਾਂ ਪਤਾ ਲੱਗਣਾ, ਪਰ ਪੈਸੇ ਜ਼ਿਆਦਾ ਦਿੱਤੇ ਹੋਣੇ ਆ ਇਹਨਾਂ ਨੇ ਫਾਈਜ਼ਰ ਨੂੰ, ਮਡਰਨਾ ਨੂੰ, ਅਤੇ ਐਸਡੈਕ ਜਿਹੜੀ ਕੰਪਨੀ ਹੈ ਆਕਸਫਰਡ ਦੀ। ਪਰ ਹੁਣ ਸਾਡਾ ਮੇਰਾ ਖਿਆਲ ਉਹਨਾਂ ਤੋਂ ਨੰਬਰ US ਤੋਂ ਜ਼ਿਆਦਾ ਵੱਧ ਗਿਆ ਹੈ। ਹੁਣ ਲੋਕਾਂ ਨੂੰ ਜਿਹਨਾਂ ਨੇ ਦੂਜਾ ਨਹੀਂ ਲਵਾਇਆ ਹਜੇ ਟੀਕਾ, ਉਹ ਲਵਾ ਲੈਣਾ ਚਾਹੀਦਾ, ਪਰ ਨਵੀਂ ਵਰਾਇਟੀ ਤੋਂ ਹਜੇ ਵੀ ਖਤਰਾ ਹੈ, ਇਸ ਕਰਕੇ ਸੰਭਲ ਕੇ ਰਹੋ। ਅਤੇ ਸੁਣ ਰਹੇ ਤੁਸੀਂ ਸ਼ੇਰੇ ਪੰਜਾਬ 600 AM ਡਾਇਲ 'ਤੇ। ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸਾਡਾ ਨੰਬਰ ਹੈ 604-204-0600। ਸ਼ੇਰੇ ਪੰਜਾਬ 'ਤੇ ਤੁਸੀਂ 600 AM ਡਾਇਲ 'ਤੇ ਸ਼ਾਮਲ ਹੋ ਸਾਡਾ। ਸਾਡੇ ਕੋਲ ਹੁਣ ਨਿਵਕਰਨ ਪੱਤੀ ਸਾਡੇ ਪੱਤਰਕਾਰ ਨੇ ਹਿੰਦੁਸਤਾਨ ਦੇ ਵਿੱਚ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪੱਤੀ ਸਾਹਿਬ ਜੀ, ਸਭ ਤੋਂ ਪਹਿਲਾਂ ਪ੍ਰਿਆਲ ਸਾਹਿਬ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਤੀ ਸਾਹਿਬ। ਸਭ ਤੋਂ ਪਹਿਲਾਂ ਮੇਰਾ ਸਵਾਲ ਹੈ ਕਿ ਪਹਿਲਾਂ ਕੇਰਲ ਦੇ ਵਿੱਚ ਲੋਕੀ ਕਹਿੰਦੇ ਹੁੰਦੇ ਸੀ ਇਹਨਾਂ ਦੀ ਸਰਕਾਰ ਬੜੀ ਤਕੜੀ ਆ, ਇਹਨਾਂ ਨੇ ਕੋਵਿਡ ਨੂੰ ਬੜਾ ਕਾਬੂ ਪਾ ਲਿਆ, ਹੁਣ ਉਹਨਾਂ ਦੇ ਕਹਿੰਦੇ ਸਭ ਤੋਂ ਜ਼ਿਆਦਾ ਕੋਵਿਡ ਦੇ ਕੇਸਿਸ ਆ ਰਹੇ, ਕੀ ਸੁਣ ਰਹੇ ਤੁਸੀਂ? ਜੀ ਜੀ, ਬਾਕੀ ਇਹ ਗੱਲ ਦਰੁਸਤ ਆ ਜੀ ਕਿ ਕੇਰਲ ਤੇ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਜਿਹੜੇ ਕੋਰੋਨਾ ਦੇ ਕੇਸ ਨੇ ਉਹ ਦੁਬਾਰੇ ਰਫ਼ਤਾਰ ਫੜ ਰਹੇ ਨੇ। ਆਰ ਫੈਕਟਰ ਜੋ ਦੇਸ਼ ਦੇ ਕੋਵਿਡ-19 ਦੀ ਲਾਗ ਫੈਲਣ ਦੀ ਗਤੀ ਨੂੰ ਦਰਸਾਉਂਦਾ ਹੈ, ਉਹ ਕੇਰਲ ਤੇ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਤੇਜ਼ੀ ਨਾਲ ਚੜ ਰਿਹਾ ਤੇ ਇਹਨੇ ਇੱਕ ਵਾਰ ਫਿਰ ਭਾਰਤ ਦੇ ਵਿੱਚ ਦੁਬਾਰੇ ਕੋਰੋਨਾ ਮਹਾਮਾਰੀ ਦੇ ਜਿਹੜੇ ਸੰਕੇਤ ਨੇ ਉਹ ਵਧਣ ਦੇ ਦਿੱਤੇ ਨੇ।
चेन्नई दी एक इंस्टीट्यूट है, चेन्नई मैथमेटिकल साइंस इंस्टीट्यूट, उदे खोजकर्तावां अनुसार मैट्रो शहरां दे विच्चों पुणे ते दिल्ली आर वैल्यू दे नेड़े ने, और देश दे विच कोविड 19 दी जिहड़ी महामारी आ उह दूजी लहर आ जदों सिखरां दे उत्ते सी तां उदों इत्थे स्थिति आ जिहड़ी उह ठीक नहीं सी, लेकिन हुण जिहड़ा केरला ते उत्तरी पूर्वी राज ने जिहड़े उत्थे स्थिति दुबारे आ रही है, क्योंकि जिहड़ी इह कहा जा रहा सी कि थर्ड वेव आ सकदी आ। केरला दे लोक पढ़े लिखे ने, केरला दे विच एहतियात वरती गई है, उत्थों दी गवर्नमेंट ने बहुत सारे लोगों नूं जिहड़ा उह सोशल डिस्टेंस बनाई रखण दे लई ते होर बहुत सारियां चीज़ां दे लई प्रेरित कीता, उत्थे पहला ठीक रहा, लेकिन हुण जो स्थिति दा पासा दिस रहा गा इह शुभ संकेत नहीं है आने वाले समय दे लई। जी हुण सुणिया इह कि संसद दिल्ली दे विच कम नहीं करदी, पर किसानां दी संसद कहिंदी बड़ी वधिया कम कर रही है, इहदे बारे की कहोगे? जी जी फयाल साहब, वाकई एक जिहड़ी संसद जिहदे च चुने हुए नुमाइंदे पहुंचे ਉਹ ਸੰਸਦ ਚੱਲ ਨਹੀਂ ਰਹੀ, ਕਿਉਂਕਿ ਉੱਥੇ ਵਿਰੋਧੀ ਧਿਰਾਂ ਨੇ ਦੋ ਮੇਨ ਏਜੰਡੇ ਨੇ ਜਿਹੜੇ ਉਹ ਫੋਕਸ ਕੀਤੇ ਹੋਏ ਨੇ। ਇੱਕ ਤਾਂ ਜਿਹੜਾ ਇਜ਼ਰਾਈਲੀ ਸੌਫਟਵੇਅਰ ਮੈਕਸੈਸ ਦੇ ਰਾਹੀਂ ਫੋਨ ਦੇ ਵਿੱਚੋਂ ਜਸੂਸੀ ਕੀਤੀ ਗਈ ਵਿਰੋਧੀ ਧਿਰ ਦੇ ਆਗੂਆਂ ਦੀ, ਸੋਸ਼ਲ ਵਰਕਰਾਂ ਦੀ, ਇਸ ਤੋਂ ਇਲਾਵਾ ਪ੍ਰਸ਼ਾਂਤ ਕਿਸ਼ੋਰ ਸਮੇਤ ਜਾਂ ਜੰਮੂ ਕਸ਼ਮੀਰ ਦੇ ਜਿਹੜੇ ਆਗੂ ਨੇ, ਕੌਮੀਅਤਾਂ ਦੇ ਆਗੂ ਨੇ, ਉਹਨਾਂ ਦੀ ਜਿਹੜੀ ਜਸੂਸੀ ਕੀਤੀ ਗਈ ਉਸ ਵਿਸ਼ੇ ਦੇ ਉੱਤੇ ਸਰਕਾਰ ਨੂੰ ਘੇਰਿਆ ਜਾ ਰਿਹਾ। ਦੂਸਰਾ ਖੇਤੀ ਕਾਨੂੰਨਾਂ ਦੇ ਵਿਸ਼ੇ ਦੇ ਉੱਤੇ ਸਰਕਾਰ ਘੇਰੀ ਜਾ ਰਹੀ ਹੈ। ਵਿਰੋਧੀ ਧਿਰਾਂ ਨੇ ਇੱਕ ਘੰਟਾ ਵੀ ਕਿਤੇ ਨਿੱਠ ਕੇ ਕੰਮ ਨਹੀਂ ਹੋਣ ਦਿੱਤਾ, ਔਰ ਇਹ ਇਸ ਵਾਰ ਦੀ ਵੱਡੀ ਪ੍ਰਾਪਤੀ ਆ ਕਿ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਬੈਠੇ ਨੇ, ਉਹਨਾਂ ਨੇ ਵਿਪ ਜਾਰੀ ਕੀਤਾ ਸੀ ਵਿਰੋਧੀ ਧਿਰ ਦੇ ਆਗੂਆਂ ਨੂੰ ਕਿ ਤੁਸੀਂ ਵਿੱਚੋਂ ਉੱਠ ਕੇ ਨਹੀਂ ਆਓਗੇ, ਤੁਸੀਂ ਵਾਕਆਊਟ ਕਰਕੇ ਨਹੀਂ ਆਓਗੇ, ਤੁਸੀਂ ਨਾਅਰੇ ਮਾਰ ਕੇ ਬਾਹਰ ਨਹੀਂ ਆਓਗੇ, ਤੁਸੀਂ ਅੰਦਰ ਬੈਠ ਕੇ ਡਟੋਗੇ, ਅੰਦਰ ਸਰਕਾਰ ਦਾ ਵਿਰੋਧ ਕਰੋਗੇ, ਕਾਰਵਾਈ ਨਹੀਂ ਚੱਲਣ ਦਿਓਗੇ। ਸੋ ਅੰਦਰ ਕਾਰਵਾਈ ਨਹੀਂ ਚੱਲ ਰਹੀ। ਦੂਜੇ ਪਾਸੇ ਜੰਤਰ ਮੰਤਰ ਦੇ ਉੱਤੇ ਹਰ ਰੋਜ਼ 200 ਕਿਸਾਨਾਂ ਦਾ ਜੱਥਾ ਜਾਂਦਾ, ਬਕਾਇਦਾ ਤੌਰ ਦੇ ਉੱਤੇ ਸੰਸਦ ਚਲਾਈ ਜਾਂਦੀ ਹੈ, ਇੱਕ ਸਪੀਕਰ ਇੱਕ ਡੈਪੀ ਸਪੀਕਰ ਬਣਾਇਆ ਜਾਂਦਾ, ਤਿੰਨ ਸੈਸ਼ਨ ਬੁਲਾਏ ਜਾਂਦੇ ਨੇ, ਤਿੰਨੇ ਸੈਸ਼ਨਾਂ ਦੇ ਵਿੱਚ ਸਪੀਕਰ ਤੇ ਡੈਪੀ ਸਪੀਕਰ ਬਦਲ ਬਦਲ ਕੇ ਬਿਠਾਏ ਜਾਂਦੇ ਨੇ। ਉੱਥੇ ਹਰ ਰੋਜ਼ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਜਿਹੜੀ ਡਿਸਕਸ਼ਨ ਆ ਉਹ ਚੱਲਦੀ ਹੈ। ਜਿਵੇਂ ਇੱਕ ਦਿਨ ਖੇਤੀਬਾੜੀ ਮੰਤਰੀ ਬਣਾਇਆ ਗਿਆ ਔਰ ਖੇਤੀਬਾੜੀ ਮੰਤਰੀ ਸਵਾਲਾਂ ਦੇ ਜਵਾਬ ਨਹੀਂ ਦੇ ਸਕਿਆ ਕਿਸਾਨ ਸੰਸਦ ਦੇ ਵਿੱਚ, ਤਾਂ ਉਹਨੂੰ ਅਸਤੀਫਾ ਦੇਣਾ ਪਿਆ ਕਿਸਾਨ ਸੰਸਦ ਦੇ ਵਿੱਚ। ਇੱਕ ਦਿਨ ਔਰਤਾਂ ਹੀ ਪਹੁੰਚੀਆਂ ਗਿਣਤੀ ਦੇ ਵਿੱਚ, ਔਰਤਾਂ 'ਚ ਸਪੀਕਰ, ਔਰਤਾਂ 'ਚ ਡਿਪਟੀ ਸਪੀਕਰ, ਔਰਤਾਂ ਨੇ ਕਿਸਾਨੀ ਮਸਲਿਆਂ ਦੇ ਉੱਤੇ ਚਰਚਾ ਕੀਤੀ। ਹੁਣ ਅੱਜ ਜਿਹੜੇ ਮਸਲੇ ਦੇ ਉੱਤੇ ਉੱਥੇ ਚਰਚਾ ਹੋਈ, ਉੱਥੇ ਤਾੜਨਾ ਵੀ ਕੀਤੀ ਗਈ ਦੇਸ਼ ਦੀ ਸੰਸਦ ਨੂੰ ਕਿ ਤੁਸੀਂ ਜਿਹੜਾ ਬਿਜਲੀ ਬਿੱਲ 2020 ਲਿਆ ਰਹੇ ਹੋ ਉਹ ਬਿੱਲ ਕਿਸਾਨਾਂ ਦੇ ਖਿਲਾਫ ਆ, ਉਹਦੇ ਤਹਿਤ ਤੁਸੀਂ ਖੇਤੀ ਮੋਟਰਾਂ ਨੂੰ ਮਿਲ ਰਹੀ ਸਬਸਿਡੀ ਖਤਮ ਕਰੋਗੇ, ਉਹਦੇ ਤਹਿਤ ਤੁਸੀਂ ਦਲਿਤ ਤੇ ਜਿਹੜੇ BC ਪਰਿਵਾਰ ਨੇ ਉਹਨਾਂ ਨੂੰ ਮਿਲ ਰਹੀ 200 ਯੂਨਿਟ ਦੀ ਮੁਫ਼ਤ ਬਿਜਲੀ ਖਤਮ ਕਰੋਗੇ, ਸੋ ਇਸ ਕਰਕੇ ਉਹਨੂੰ ਨਾਲ ਲੈ ਕੇ ਆਓ। ਸੋ ਇਹ ਜਿਹੜੀ ਸੰਸਦ ਨੇ ਇੱਕ ਮਾਡਲ ਵਿਕਸਿਤ ਕੀਤਾ, ਦੁਨੀਆ ਭਰ ਦੇ ਵਿੱਚ ਦਿਖਾਇਆ ਕਿ ਸੰਸਦ ਕਿਵੇਂ ਚੱਲਦੀ ਹੁੰਦੀ ਆ, ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇਸ ਤਰੀਕੇ ਨਾਲ ਸੰਜੀਦਗੀ ਦੇ ਨਾਲ ਲੋਕਾਂ ਦੇ ਮਸਲਿਆਂ ਦੇ ਉੱਤੇ ਡਿਸਕਸ਼ਨ ਵੀ ਕਰ ਸਕਦੇ ਨੇ, ਸਿਰਫ ਉੱਥੇ ਤੂੰ ਤੂੰ ਮੈਂ ਲਾਲਾ ਲਾਲਾ ਕਰਕੇ ਕਾਗਜ਼ ਪਾੜ ਤੇ ਇਹ ਕਰਤਾ ਉਹ ਕਰਤਾ ਚੁਟਕਲੇ ਸੁਣਾ ਤੇ ਇਹੀ ਸੰਸਦ ਨਹੀਂ ਹੁੰਦੀ। ਕਿਸਾਨਾਂ ਨੇ ਦੱਸਿਆ ਕਿਸ ਤਰੀਕੇ ਦੇ ਨਾਲ ਹੁੰਦੀ ਆ। ਜੀ ਬੁਰਿਆਲ ਸਾਹਿਬ। ਅੱਛਾ ਪਤੀ ਸਾਹਿਬ, ਅਸੀਂ ਜਦੋਂ ਇੰਡੀਆ 'ਚ ਹੁੰਦੇ ਸੀ, ਇੱਥੇ ਪੰਜਾਬ 'ਚ ਹੀ ਗਏ ਹਾਂ, ਸਾਡੀ ਵਾਰੀ ਗਰਮੀਆਂ 'ਚ ਇਹ ਹੁੰਦੀ ਸੀ ਕਿ ਬਿਜਲੀ ਆ ਗਈ, ਬਿਜਲੀ ਚੱਲ ਗਈ। ਹੁਣ ਕਹਿੰਦੇ ਬਿਜਲੀ ਆਉਂਦੀ ਆ ਪਰ ਉਹਦੇ ਨਾਲ ਬੜੇ ਮੋਟੇ ਬਿੱਲ ਆਉਂਦੇ ਆ, ਅਤੇ ਇਹ ਬਿਜਲੀ ਦਾ ਕੀ ਕੰਮ ਚੱਲ ਰਿਹਾ ਪ੍ਰਾਈਵੇਟ ਹੱਥਾਂ 'ਚ ਦੇਣ ਦੇ, ਸਰਕਾਰ ਦਾ ਕੀ ਕੀ ਰੋਲ ਹੈ ਇਹਦੇ ਵਿੱਚ, ਲੋਕੀ ਕੀ ਕਹਿ ਰਹੇ ਉਹਦੇ ਬਾਰੇ? ਜੀ ਜੀ, ਜਦੋਂ ਤੁਸੀਂ ਇੱਥੇ ਸੀਗੇ ਜੀ, ਉਸ ਵਕਤ ਜਿਹੜੀ ਬਿਜਲੀ ਸੀ ਉਹ ਉਹਨਾਂ ਸਮਿਆਂ ਦੇ ਵਿੱਚ ਗੀਤ ਵੀ ਚੱਲਦੇ ਸੀ ਕਿ ਨੱਚਦੀ ਪਹਾੜੋਂ ਆਵੇ। ਤਾਂ ਇਸ ਤੋਂ ਇਲਾਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਸੀ, ਤਾਂ ਬਠਿੰਡੇ ਥਰਮਲ ਪਲਾਂਟ ਲੱਗਿਆ ਸੀ। ਆਪਣੇ ਪੰਜਾਬੀ ਦੇ ਗੀਤ ਵੀ ਬੜੇ ਚੱਲੇ, ਲਹਿਰਾਂ ਕੋਲ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵੇ ਮਾਈਆ, ਉੱਥੇ ਜਿਹੜਾ ਥਰਮਲ ਉਹ ਲੱਗਿਆ ਉਹ ਸਰਕਾਰੀ ਥਰਮਲ ਸੀਗਾ, ਔਰ ਚਾਹੇ ਭਾਖੜਾ ਤੋਂ ਬਿਜਲੀ ਆਉਂਦੀ ਸੀ ਉਹ ਵੀ ਸਰਕਾਰੀ ਥਰਮਲ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਥਾਵਾਂ ਤੇ ਸਰਕਾਰੀ ਥਰਮਲ ਲੱਗੇ, ਲੋਕਾਂ ਨੂੰ ਜਿਹੜੀ ਬਿਜਲੀ ਆ ਉਹ ਸਸਤੇ ਭਾਅ ਮਿਲਦੀ ਸੀ। ਪਰ ਅਕਾਲੀ ਭਾਜਪਾ ਜਦੋਂ ਸਰਕਾਰ ਆਈ, ਇਹਨਾਂ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ MOU ਸਾਈਨ ਕੀਤੇ, ਵੱਡੀਆਂ ਵੱਡੀਆਂ ਮਲਟੀਨੈਸ਼ਨਲ ਕੰਪਨੀਆਂ ਆਈਆਂ, ਉਹਨਾਂ ਨੇ ਪੰਜਾਬ ਦੇ ਵਿੱਚ ਥਰਮਲ ਲਾਏ, ਔਰ ਉਹਨਾਂ ਨਾਲ ਕੰਟੈਕਟ ਇੰਨੇ ਇੱਕ ਪਾਸੜ ਕੀਤੇ ਕਿ ਮਹਿੰਗੇ ਭਾਅ ਬਿਜਲੀ ਲੋਕਾਂ ਨੂੰ ਮਿਲਣ ਲੱਗੀ। ਇਹ ਮਸਲਾ ਪੰਜਾਬ 'ਚ ਚਰਚਾ ਦਾ ਵਿਸ਼ਾ ਬਣਿਆ ਵੀ ਦਿੱਲੀ ਪੰਜਾਬ ਤੋਂ ਬਿਜਲੀ ਖਰੀਦ ਕੇ ਦਿੱਲੀ ਦੇ ਲੋਕਾਂ ਨੂੰ ਸਸਤੀ ਦੇ ਰਿਹਾ ਤੇ ਪੰਜਾਬ ਬਿਜਲੀ ਮਹਿੰਗੀ ਦੇ ਰਿਹਾ। ਇਹ ਵਿਸ਼ਾ ਬਣਿਆ ਕਿ ਸਰਕਾਰੀ ਥਰਮਲ ਅਸੀਂ ਬੰਦ ਕਰ ਰਹੇ ਹਾਂ ਤੇ ਪ੍ਰਾਈਵੇਟ ਥਰਮਲ ਨੇ ਜਿਹੜੇ ਉਹਨਾਂ ਨੂੰ ਅਸੀਂ ਕਰੋੜਾਂ ਰੁਪਈਆ
हर महीने जिहड़ा उहनां दी झोली पा रहे आ उह बिजली देण ना देण। तां इस विशे दे उत्ते 2017 दी इलैक्शन दे विच कांग्रेस पार्टी ने कहा सी कि असीं इह समझौते रद्द करांगे, पर इन्हां ने उह समझौते तां की रद्द करने सी, सगों दी सरकारी थर्मल जिहड़ा बठिंडे वाला सी उहदी जमीन च वी कलोनी कट्टण नूं तुर पए। और 4.5 साल इन्हां ने उही जिहड़े अकालियां ने समझौते कीते हुए सी उहनां समझौतियां दे उत्ते ही पूर चढ़ाया, सगों दी उस तों अग्गे वधे ਇਹ ਨਾਮੋ ਨਿਸ਼ਾਨੀ ਮਟਾਉਣ ਨੂੰ ਤੁਰ ਪਏ ਸਰਕਾਰੀ ਥਰਮਲਾਂ ਦਾ। ਤਾਂ ਹੁਣ ਜਦੋਂ 6 ਮਹੀਨੇ ਰਹਿ ਗਏ, 6 ਦੇ ਵੀ ਕਾਹਦੇ ਰਹਿ ਗਏ, ਪੁਰਿਆਲ ਸਾਹਿਬ ਮਹੀਨੇ ਤੱਕ 2.5-3 ਹੀ ਰਹਿ ਗਏ, ਉਸ ਤੋਂ ਪਹਿਲਾਂ ਚੋਣ ਜਾਬਤਾ ਲੱਗ ਜਾਣਾ। ਹੁਣ ਨਵਜੋਤ ਸਿੰਘ ਸਿੱਧੂ ਨੇ ਮਸਲਾ ਉਠਾਇਆ, ਲੋਕਾਂ ਨੇ ਮਸਲਾ ਉਠਾਇਆ, ਕੈਪਟਨ ਅਮਰਿੰਦਰ ਸਿੰਘ ਨੇ ਚਿੱਠੀ ਜਾਰੀ ਕਰਤੀ ਪਾਵਰਕੌਮ ਨੂੰ ਕਿ ਕੁਛ ਬਿਜਲੀ ਸਮਝੌਤੇ ਜਿਹੜੇ ਉਹ ਰੱਦ ਕਰ ਦਿਓ, ਕੁਛ ਥਰਮਲ ਬੰਦ ਕਰ ਦਿਓ, ਜਿਵੇਂ ਉਹ ਕੋਈ ਬਹੁਤ ਛੋਟੀ ਜਿਹੀ ਚੀਜ਼ ਹੋਵੇ। ਹੁਣ ਜਿਹੜਾ ਬੇਸ ਆ, ਹੁਣ ਇਸ ਵਿਸ਼ੇ ਦੇ ਉੱਤੇ ਚਰਚਾ ਸ਼ੁਰੂ ਹੋ ਗਈ, ਕਿਉਂਕਿ ਜਿਹੜੇ ਅਰਥ ਸ਼ਾਸਤਰੀ ਨੇ, ਚਾਹੇ ਉਹ ਰਣਜੀਤ ਸਿੰਘ ਘੁੰਮਣ ਆਇਆ, ਚਾਹੇ ਉਹ ਸੁੱਚਾ ਸਿੰਘ ਗਿੱਲ ਆਇਆ, ਚਾਹੇ ਉਹ ਡਾਕਟਰ ਸੁਖਪਾਲ ਨੇ, ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਇਸ ਵਿਸ਼ੇ ਦੇ ਉੱਤੇ ਕਿਹਾ ਗਾ ਕਿ ਇਹ ਇੰਨੇ ਸੌਖਿਆਂ ਰੱਦ ਨਹੀਂ ਹੋਣੇ। ਆਮ ਆਦਮੀ ਪਾਰਟੀ ਨੇ ਵੀ ਕਿਹਾ ਕਿ ਇਹਦੇ ਲਈ ਵਿਧਾਨ ਸਭਾ ਦਾ ਸੈਸ਼ਨ ਸੱਦ ਲਓ, ਇਹਦੇ ਲਈ ਸਾਰਾ ਪਾਰਟੀ ਮੀਟਿੰਗ ਕਰ ਲਓ, ਔਰ ਫਿਰ ਤਾਂ ਤੁਸੀਂ ਰੱਦ ਕਰਨ ਵਾਲੇ ਰਾਹ ਵੱਧ ਸਕਦੇ ਹੋ। ਪਰ ਪਾਵਰਕੌਮ ਨੂੰ ਕਹਿਤਾ ਉਹਨਾਂ ਨੇ ਰੱਦ, ਕਿਤੇ ਉਹ ਏਦਾਂ ਹੀ ਰੱਦ ਹੋ ਜਾਣਗੇ, ਉਦੋਂ ਬਾਅਦ ਉਹ ਅਦਾਲਤ ਚਲੀਆਂ ਜਾਣਗੀਆਂ ਕੰਪਨੀਆਂ ਕੋਲ, ਅਦਾਲਤ ਜਾਣ ਦਾ ਰਾਈਟ ਆ, ਔਰ ਉਦੋਂ ਨੂੰ ਚੋਣ ਜਾਬਤਾ ਲੱਗ ਜਾਣਾ, ਉਦੋਂ ਨੂੰ ਦੁਬਾਰੇ ਸਰਕਾਰ ਬਣਨ ਵਾਲੀ ਆ, ਤਾਂ ਇਹ ਸਾਰਾ ਕੁਛ ਠੰਡੇ ਵਾਸਤੇ ਚਲਿਆ ਜਾਣਾ। ਪਹਿਲਾਂ ਇਹ ਬਾਦਲ ਸਾਹਿਬ ਇੱਦਾਂ ਦੀ ਸਿਆਸਤ ਕਰਦੇ ਹੁੰਦੇ ਸੀਗੇ ਕਿ ਜਦੋਂ ਜਮਾਂ ਚੋਣ ਜਾਬਤਾ ਲੱਗਣਾ ਹੁੰਦਾ ਉਦੋਂ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਕਰਨ ਲੱਗ ਜਾਣੀਆਂ, ਉਦੋਂ ਬਾਅਦ ਕਹਿ ਦੇਣਾ ਵੀ ਇਹ ਦੇਖੋ ਜੀ ਚੋਣ ਜਾਬਤਾ ਲੱਗ ਗਿਆ ਤਾਂ ਕਰਕੇ ਨੀ ਅਸੀਂ ਕਰ ਪਾਏ, ਨਹੀਂ ਅਸੀਂ ਤਾਂ ਬਹੁਤ ਕੁਛ ਕਰ ਦੇਣਾ ਸੀ। ਤੇ ਹੁਣ ਉਸੇ ਰਾਹ ਕਪਤਾਨ ਸਾਹਿਬ ਤੁਰੇ ਨੇ, ਇਹ ਜੇ ਕਰਨਾ ਹੀ ਸੀ 2017 ਚ ਕਰਦੇ, ਹੁਣ ਵੀ ਕੀਤਾ ਜਾ ਸਕਦਾ, ਹਜੇ ਵੀ ਟਾਈਮ ਹੈਗਾ, ਪਰ ਉਹਨੂੰ ਕਰਨ ਦਾ ਇੱਕ ਢੰਗ ਹੈ, ਇੱਕ ਪ੍ਰੋਸੈਸ ਹੈ, ਵਿਧਾਨ ਸਭਾ ਦਾ ਸੈਸ਼ਨ ਸੱਦਣ ਔਰ ਇਹਦੇ ਤੇ ਲੋਕ ਰਾਇ ਲਾਮਬੰਦ ਕਰਨ, ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਸਟ ਵੀ ਘਟਾਈ ਜਾ ਸਕਦੀ ਹੈ, ਦਬਾਅ ਵੀ ਪਾਇਆ ਜਾ ਸਕਦਾ ਉਹਨਾਂ ਪ੍ਰਾਈਵੇਟ ਮਲਟੀਨੈਸ਼ਨਲ ਕੰਪਨੀਆਂ ਦੇ ਉੱਤੇ, ਲੇਕਿਨ ਇਸ ਪਾਸੇ ਨੂੰ ਸੋਚਿਆ ਨਹੀਂ ਜਾ ਰਿਹਾ ਅਜੇ। ਜੀ ਪੱਤੀ ਸਾਹਿਬ, ਸਾਡਾ ਇੱਥੇ ਨਿਊਜ਼ ਲਈ ਟਾਈਮ ਹੋ ਗਿਆ, ਸਾਡੇ ਨਾਲ ਬਣੇ ਰਹੋ, ਤੁਹਾਡੇ ਨਾਲ ਠੁੱਕ ਉਤਾਲੀ ਬਾਰੇ ਗੱਲ ਕਰਨੀ ਹੈ। ਹਾਂਜੀ ਪੱਤੀ ਸਾਹਿਬ, ਨਵਜੋਤ ਸਿੰਘ ਸਿੱਧੂ ਬਣੇ ਆ ਪ੍ਰੈਜ਼ੀਡੈਂਟ, ਉਸ ਦਿਨ ਤੋਂ ਬਾਅਦ ਉਹਨਾਂ ਨੇ ਇੱਕ 5-ਨਕਾਤੀ ਪ੍ਰੋਗਰਾਮ ਕੱਢਿਆ, ਜਿਹੜੇ ਸਾਡੇ ਅੱਗੇ ਸਿਰਫ ਸਟੱਡੀ ਕਰਨ ਵਾਲੇ ਹੀ ਆ, ਅਸੀਂ ਪੜ੍ਹਾਉਣ ਵਾਲੇ ਹੀ ਹਾਂ, ਸਾਨੂੰ ਤਾਂ ਕੋਈ ਉਹ 'ਚ ਨੁਕਤਾ ਦੀਦਾ ਨਹੀਂ ਜਿਹੜਾ ਪੰਜਾਬ ਦੀ ਪ੍ਰੋਬਲਮ ਸੋਲਵ ਕਰ ਦੇਵੇ, ਅਤੇ ਐਵੇਂ ਹੀ ਫੜਾ ਮਾਰਨ ਵਾਲੀਆਂ ਗੱਲਾਂ ਆ ਉਹ, ਅਤੇ ਕੋਈ ਪੱਤਰਕਾਰ ਨਹੀਂ ਉਹਨੂੰ ਪੁੱਛਦਾ ਕੀ ਗੱਲ ਹੋਈ, ਜਾਂ ਤੁਹਾਨੂੰ ਐਡੀਟਰ ਨਹੀਂ ਪੁੱਛਣ ਦਿੰਦੇ ਕਿਸੇ? ਜੀ ਜੀ ਦੇਖੋ, ਇੱਕ ਤਾਂ ਜਿਹੜਾ ਨਵਜੋਤ ਸਿੰਘ ਸਿੱਧੂ ਬਾਰੇ ਗੱਲ ਚੱਲਦੀ ਹੈ ਵੀ ਉਹ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਰਿਹਾ। ਨਵਜੋਤ ਸਿੰਘ ਸਿੱਧੂ ਕੱਲ੍ਹ ਜਲੰਧਰ ਗਿਆ, ਅੱਜ ਲੁਧਿਆਣਾ ਗਿਆ, ਨਹੀਂ ਤੁਹਾਨੂੰ ਕਹੂਗਾ ਵੀ ਠੋਕੋ ਤਾੜੀ। ਬਿਲਕੁਲ ਜੀ, ਉਹ ਮਤਲਬ ਮੂਹਰੋਂ ਕਹਿੰਦਾ ਗੁਰੂ ਠੋਕੋ ਤਾੜੀ, ਔਰ ਉਹ ਮਤਲਬ ਜਿੰਨੀ ਹਉਮੈ ਦੇ ਵਿੱਚ ਰਹਿੰਦਾ ਵਿਅਕਤੀ, ਤੁਸੀਂ ਇਹ ਦੇਖੋ ਵੀ ਜਿਸ ਦਿਨ ਪ੍ਰਧਾਨ ਬਣ ਰਿਹਾ ਸੀ, ਸਟੇਜ ਤੋਂ ਸੰਬੋਧਨ ਕਰ ਰਿਹਾ ਔਰ 16 ਮਿੰਟ ਭਾਸ਼ਣ ਦਿੱਤਾ, 10 ਵਾਰ ਉਹਨੇ ਆਪਦਾ ਨਾਂ ਲਿਆ, ਮੈਂ ਨਵਜੋਤ ਸਿੰਘ ਸਿੱਧੂ 10 ਵਾਰ ਦਾ ਨਾਮ ਲਿਆ। ਸ਼ਾਇਦ ਉਹਨੂੰ ਕੋਈ ਗਲਤ ਫਹਿਮੀ ਹੋਵੇ, ਲੋਕਾਂ ਨੂੰ ਪਤਾ ਨਹੀਂ ਕੌਣ ਬੋਲ ਰਿਹਾ। ਜੀ ਜੀ ਏਦਾਂ ਹੀ ਲੱਗਦਾ। ਤਾਂ ਹੁਣ ਨਵਜੋਤ ਸਿੰਘ ਸਿੱਧੂ, ਇੱਕ ਗੱਲ ਜ਼ਰੂਰ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਸਰਗਰਮ ਹੋਣ ਕਰਕੇ ਕੈਪਟਨ ਅਮਰਿੰਦਰ ਸਿੰਘ ਸਰਗਰਮ ਹੋਇਆ ਫਿਰਦਾ, ਮੈਨੂੰ ਹੁਣੇ ਹੀ ਪਤਾ ਲੱਗਿਆ ਪੁਰਿਆਲ ਸਾਹਿਬ ਕਿ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਸੁਨਾਮ ਆ ਰਹੇ ਨੇ, ਕੱਲ੍ਹ ਨੂੰ ਮਹਾਨ ਸ਼ਹੀਦ ਆਜ਼ਮ ਊਧਮ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਨ ਹੈ, ਔਰ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਆ ਰਹੇ ਨੇ, ਚੰਗੀ ਗੱਲ ਹੈ, ਪੰਜਾਬ ਦੇ ਮੁੱਖ ਮੰਤਰੀ ਨੇ ਆਉਣਾ ਹੀ ਬਣਦਾ ਗਾ, ਲੇਕਿਨ ਪਹਿਲਾਂ ਉਹ ਕਦੇ ਨਹੀਂ ਸੀ ਆਉਂਦੇ ਅਜਿਹੇ ਸਮਾਗਮਾਂ ਦੇ ਵਿੱਚ, ਹੁਣ ਜਿੱਦਾਂ ਦਾ ਨਵਜੋਤ ਸਿੱਧੂ ਸਰਗਰਮ ਹੋਇਆ ਉਦਾਂ ਦੇ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਨਜ਼ਰ ਆ ਰਹੇ ਨੇ, ਨਹੀਂ ਤਾਂ ਉਹ ਪੰਜਾਬ ਹੀ ਘੱਟ ਆਉਂਦੇ ਸੀ ਹਿਮਾਚਲ ਚੋਂ, ਔਰ ਜੇ ਆਉਂਦੇ ਸੀ ਤਾਂ ਸਿਸਮ ਵਾਲੇ ਫਾਰਮ ਹਾਊਸ 'ਚ ਬਹਿ ਜਾਂਦੇ ਸੀ, ਪਟਿਆਲੇ ਦੇ ਲੋਕ ਵੀ ਘੱਟ ਹੀ ਦੇਖਦੇ ਸੀ, ਤੋ ਹੁਣ ਉਹ ਵੀ ਪੰਜਾਬ ਵਾਲੇ ਪਾਸੇ ਨੂੰ ਤੁਰੇ ਨੇ, ਇਹ ਇੱਕ ਚੰਗਾ ਦਿਮਾਗ ਆ ਜਿਹੜਾ ਉਹ ਬਣਿਆ ਗਾ। ਦੂਸਰਾ ਇਹ ਕਿ ਨਵਜੋਤ ਸਿੰਘ ਸਿੱਧੂ ਇਹਨਾਂ ਦਿਨਾਂ ਦੇ ਵਿੱਚ ਸਰਗਰਮ ਹੋਏ ਨੇ, ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਨੇ, ਭਾਵੇਂ ਕੋਈ ਸੰਵਿਧਾਨਕ ਅਹੁਦਾ ਨਹੀਂ ਵੀ ਹੈ ਕਾਂਗਰਸ ਦਾ ਪ੍ਰਧਾਨ, ਲੇਕਿਨ ਫਿਰ ਵੀ ਉਹ ਮਤਲਬ ਇਸ ਤਰੀਕੇ ਦੇ ਨਾਲ ਵਿਚਰ ਰਹੇ ਨੇ, ਜਿਵੇਂ ਉਹਨਾਂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਪਿਆਸਾ ਜਿਹੜਾ ਖੂਹ ਕੋਲੇ ਆਉਂਦਾ ਗਾ, ਜਿਹ ਤੋਂ ਬਾਅਦ ਕਿਸਾਨਾਂ ਨੇ ਵਿਰੋਧ ਕੀਤਾ ਸੀ, ਫਿਰ ਨਵਜੋਤ ਸਿੰਘ ਸਿੱਧੂ ਨੂੰ ਇਹ ਕਹਿਣਾ ਪਿਆ ਕਿ ਤੁਸੀਂ ਦੱਸੋ ਜੀ ਮੈਂ ਆ ਜਾਣਾ ਤੁਹਾਡੇ ਕੋਲੇ। ਤਾਂ ਅੱਜ ਉਹਨਾਂ ਨੇ ਜਿਹੜਾ ਉਹ ਦਲਿਤ ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ, ਜਿਹਦੇ ਚ ਰਾਜ ਕੁਮਾਰ ਬੇਰਕਾ, ਜਿਹਦੇ ਚ ਚਰਨਜੀਤ ਚੰਨੀ, ਜਿਹਦੇ ਚ ਹੋਰ ਬਹੁਤ ਸਾਰੇ ਸੁਖਵਿੰਦਰ ਸਿੰਘ ਡੈਣੀ ਸਮੇਤ MLA ਪਹੁੰਚੇ, ਔਰ ਹੁਣ ਉਹ ਪੰਜਾਬ ਦੇ ਵਿੱਚ ਸਰਗਰਮ ਹੋ ਰਹੇ ਨੇ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮਸਲਾ ਤਾਂ ਦੇਖੋ, ਨਵਜੋਤ ਸਿੰਘ ਸਿੱਧੂ ਵਾਰ ਵਾਰ ਕਹਿੰਦੇ ਸੀ
ਕਿ ਮੇਰੇ ਲਈ ਮਸਲਾ ਉਹ ਕਹਿੰਦੇ ਸੀ ਕੋਈ ਅਹੁਦੇ ਦਾ ਨੀ ਹੈ, ਮੈਂ ਅਹੁਦੇ ਆ ਜਿਹੜੇ ਉੱਤੇ ਅੱਗੇ ਨੇ, ਮੈਂ ਕੈਬਨਿਟ ਮੰਤਰੀ ਦਾ ਰੈਂਕ ਛੱਡਿਆ, ਲੇਕਿਨ ਮਸਲਾ ਫੇਰ ਅਹੁਦੇ ਦੇ ਉੱਤੇ ਜਾ ਕੇ ਜਿਹੜਾ ਨਜ਼ਰ ਆ ਰਿਹਾ, ਜਿਹੜਾ ਉਹ 5-31 ਏਜੰਡਾ ਵੀ ਦੇ ਕੇ ਆਏ ਨੇ ਕੈਪਟਨ ਅਮਰਿੰਦਰ ਸਿੰਘ ਨੂੰ, ਉਹ ਤਾਂ ਆਲਰੇਡੀ ਕਾਂਗਰਸ ਦੀ ਹਾਈ ਕਮਾਂਡ 18-31 ਦੇ ਚੁੱਕੀ ਆ, 5 ਇਹ ਮਸਲੇ ਨੇ, ਤਾਂ ਇਹ ਮਸਲਿਆਂ ਦੇ ਵਿੱਚ ਵੀ ਜਿਹੜੇ ਉਹ 5-31 ਦੇ ਕੇ ਆਏ ਨੇ, ਉਹ ਨਵਜੋਤ ਸਿੰਘ ਸਿੱਧੂ ਨੂੰ ਪਤਾ ਟਾਈਮ ਤਾਂ ਬਹੁਤ ਥੋੜਾ ਰਹਿ ਗਿਆ, ਉਦੋਂ ਚੋਣ ਜਾਬਤਾ ਲੱਗ ਜਾਣਾ, ਔਰ ਇਹੀ ਏਜੰਡੇ ਨੇ ਜਿਹੜੇ ਜਦੋਂ 6 ਮਹੀਨੇ ਰਹਿੰਦੇ ਸੀ ਅਕਾਲੀ ਦਲ ਵਾਲੇ ਲਈ ਫਿਰਦੇ ਸੀ 1-2 ਨੂੰ ਛੱਡ ਕੇ, ਤਾਂ ਅੱਜ ਦੇ ਸਮੇਂ ਦੇ ਵਿੱਚ ਗੱਲ ਤਾਂ ਇਹ ਬਣਦੀ ਹੈਗੀ ਕਿ ਮਸਲਾ ਕੁਰਸੀ ਦਾ ਨਜ਼ਰ ਆ ਰਿਹਾ, ਨਵਜੋਤ ਸਿੰਘ ਸਿੱਧੂ 2022 ਦੀ ਇਲੈਕਸ਼ਨ ਦੀ ਤਿਆਰੀ ਕਰ ਰਿਹਾ, ਕਾਂਗਰਸ ਪਾਰਟੀ ਨੇ ਪੂਰਾ ਜ਼ੋਰ ਇਸੇ ਗੱਲ ਦੇ ਉੱਤੇ ਲਾਇਆ ਹੋਇਆ। ਜੀ ਦੇਖੋ, ਕਾਂਗਰਸ ਨੇ ਜ਼ੋਰ ਲਾਇਆ, ਨਵਜੋਤ ਸਿੱਧੂ ਹੋਣਾ ਨੇ ਅਕਾਲੀ ਦਲ 'ਤੇ ਉਹਨਾਂ ਦੇ ਜਿਹੜੇ ਗੋਲੀ ਚਲਾਈ ਆ ਲੋਕਾਂ 'ਤੇ, ਖਾਸ ਤੌਰ 'ਤੇ ਸਿੱਖ ਸ਼ਰਧਾਲੂਆਂ 'ਤੇ, ਪਰ ਅਕਾਲੀ ਦਲ ਦਾ ਜ਼ੋਰ ਲੱਗਾ ਆ ਕਿ ਅਸੀਂ ਦੱਸੀਏ ਲੋਕਾਂ ਨੂੰ ਕਿ ਇਹਨਾਂ ਨੇ ਅਕਾਲ ਤਖ਼ਤ ਢਾਇਆ ਸੀ, ਇਹਨਾਂ ਨੇ ਸਿੱਖਾਂ ਨੂੰ ਬਾਹਰ ਕੱਢ ਕੱਢ ਕੇ ਮਾਰਿਆ ਸੀ ਦਿੱਲੀ ਦੇ ਵਿੱਚ। ਅਤੇ ਇੱਕ ਗੱਲ ਹੁਣ ਅਸੀਂ ਕਰਦੇ ਹਾਂ, ਚਲੋ ਦਲਿਤਾਂ ਬਾਰੇ, ਦਲਿਤ ਲੀਡਰਾਂ ਨਾਲ ਮਿਲੇ ਨੇ, ਅਕਾਲੀ ਦਲ ਦਾ ਦਲਿਤ ਜਿਹੜੀ ਪਾਰਟੀ ਆ ਉਹਨਾਂ ਦੇ ਨਾਲ ਸੰਬੰਧ ਹੋਇਆ, ਕੀ ਉਹਨਾਂ ਦੇ ਕੋਈ ਜਿੱਤ ਦੇ ਆਸ ਹੈ ਥੋੜੇ ਬਹੁਤ? ਦੇਖੋ ਪੁਰੇਲ ਸਾਹਿਬ, ਜਿਹੜੀ ਸਥਿਤੀ ਬਣੀ ਹੋਈ ਆ ਪੰਜਾਬ ਦਾ, ਅੱਜ ਦਾ ਜਿਹੜਾ ਸਿਨੈਰੀਓ ਬਣਿਆ ਹੋਇਆ, ਉਹ ਇੱਕ ਅਜਿਹੀ ਹਾਲਤ ਦੇ ਵਿੱਚ ਹੈ ਕਿ ਲੋਕ ਨੇ ਜਿਹੜੇ ਉਹ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਤੋਂ ਅੱਕੇ ਨਜ਼ਰ ਆਉਂਦੇ ਨੇ। ਸ਼੍ਰੋਮਣੀ ਅਕਾਲੀ ਦਲ, ਬਾਦਲ ਤੇ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਦੇ ਦੌਰਾਨ ਜਿਹੜਾ 10 ਸਾਲਾਂ ਦੇ ਵਿੱਚ ਪੰਜਾਬ 'ਚ ਰੇਤ ਮਾਫੀਆ, ਪੰਜਾਬ 'ਚ ਨਸ਼ਾ ਮਾਫੀਆ, ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ, ਚਾਹੇ ਉਹ ਕੇਵਲ ਮਾਫੀਆ ਹੋਵੇ, ਜਿੰਨੇ ਵੱਡੀ ਪੱਧਰ ਦੇ ਉੱਤੇ ਚੱਲੇ, ਜਿੰਨੇ ਲੋਕ ਨਾਇਡ ਹੋਏ, ਉਹਦੇ ਵਿੱਚੋਂ ਹੁਣ ਭਾਰਤੀ ਜਨਤਾ ਪਾਰਟੀ ਤਾਂ ਅਲੱਗ ਹੋ ਗਈ, ਅਕਾਲੀ ਦਲ ਅਲੱਗ ਹੋ ਗਿਆ। ਉਹਦੇ 'ਚੋਂ ਇਹਨਾਂ ਨੂੰ ਲੋੜ ਲੱਗੀ ਕਿ ਇੱਕ ਬਦਲ ਤਲਾਸ਼ੀਏ ਬੀਜੇਪੀ ਦਾ, ਜਿਹਦੇ 'ਚ ਬਸਪਾ ਨੂੰ ਨਾਲ ਲਿਆ ਹੈ। ਬਸਪਾ ਦਾ ਦਲਿਤ ਭਾਈਚਾਰੇ ਦੇ ਇੱਕ ਸੀਮਿਤ ਹਿੱਸੇ ਦੇ ਵਿੱਚ ਜਿਹੜਾ, ਹਾਂਜੀ ਪੱਤੀ ਸਾਹਿਬ, ਮੇਰਾ ਖਿਆਲ ਤੁਹਾਡੀ ਲਾਈਨ ਕੱਟ ਹੋ ਗਈ ਸਾਡੇ ਨਾਲ। ਜੀ ਜੀ, ਬੀ ਐਸ ਪੀ ਪਾਰਟੀ ਜਿਹਦੇ ਨਾਲ ਅਕਾਲੀ ਦਲ ਦਾ ਜੋੜ ਹੋਇਆ, ਇਹ ਪਹਿਲਾਂ ਸ਼੍ਰੀ ਕਾਂਸ਼ੀ ਰਾਮ ਨੇ ਬਣਾਈ ਸੀ, ਉਹ ਪੰਜਾਬੀ ਸਨ, ਹੁਸ਼ਿਆਰਪੁਰ ਦੇ ਸਨ, ਪਹਿਲਾਂ ਡੀ ਜੀ ਕਿਊ ਏ ਦੇ ਵਿੱਚ ਆਰਮੀ 'ਚ ਕੰਮ ਕਰਦੇ ਰਹੇ, ਯੂਨੀਅਨ 'ਚ ਕੰਮ ਕਰਦੇ ਰਹੇ ਉਹ। ਅਤੇ ਮੇਰੇ ਕੁਛ ਦੋਸਤ ਨੇ ਜਿਹੜੇ ਸਟੱਡੀ ਕਰਦੇ ਨੇ ਬੀ ਐਸ ਪੀ ਨੂੰ, ਉਹਨਾਂ ਦਾ ਖਿਆਲ ਹੈ ਕਿ ਜਿਹੜੀ ਮਾਇਆਵਤੀ ਆ ਉਹ ਨਹੀਂ ਚਾਹੁੰਦੀ ਕਿ ਕਿਸੇ ਹੋਰ ਖੇਤਰ ਦੇ ਵਿੱਚ ਕੋਈ ਹੋਰ ਲੀਡਰ ਵੀ ਉੱਠ ਖੜ੍ਹੇ। ਇਹੀ ਕਾਰਨ ਹੈ ਕਿ ਪੰਜਾਬ 'ਚ ਕੋਈ ਚੱਜ ਦਾ ਕੰਮ ਨਹੀਂ ਕਰ ਕੇ ਰਿਹਾ, ਨਹੀਂ ਤਾਂ ਬੀ ਐਸ ਪੀ ਜਿਵੇਂ ਯੂਪੀ ਦੇ ਵਿੱਚ ਕਾਇਮ ਹੈ ਇਸੇ ਤਰ੍ਹਾਂ ਕਾਇਮ ਹੋ ਸਕਦੀ ਸੀ, ਤੁਹਾਡਾ ਕੀ ਖਿਆਲ ਹੈ? ਜੀ ਜੀ, ਬਾਕੀ ਇਹਦਾ ਇੱਕ ਕਾਰਨ ਤਾਂ ਹੈ ਕਿ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਦੀ ਜਿਹੜੀ ਵਸੋਂ ਆ ਉਹ ਕਾਫੀ ਹੈ, ਲੇਕਿਨ ਪੰਜਾਬ ਦੇ ਵਿੱਚ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਵੀ ਚਰਚਾ ਚੱਲਦੀ ਰਹੀ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਦਾ ਉਹ ਬੇਸਿਕਲੀ ਮਾਲਵੇ ਦੇ ਵਿੱਚੋਂ ਔਰ ਜੱਟ ਸਿੱਖ ਭਾਈਚਾਰੇ ਦੇ ਵਿੱਚੋਂ ਬਣਦਾ ਹੈਗਾ, ਤਾਂ ਇਸ ਵਿਸ਼ੇ ਦੇ ਉੱਤੇ ਵੀ ਚਰਚਾ ਚੱਲਦੀ ਰਹੀ ਕਿ ਪੰਜਾਬ ਦੇ ਵਿੱਚ ਕੋਈ ਵੱਡਾ ਆਗੂ ਬਹੁਜਨ ਸਮਾਜ ਪਾਰਟੀ 'ਚੋਂ ਜਾਂ ਦਲਿਤ ਭਾਈਚਾਰੇ ਦੇ ਵਿੱਚੋਂ ਕਿਉਂ ਨਹੀਂ ਉੱਭਰ ਸਕਿਆ। ਤਾਂ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਠਜੋੜ ਹੋਇਆ ਗਾ, ਤਾਂ ਇਸ ਗੱਠਜੋੜ ਦੇ ਵਿੱਚ ਬਹੁਜਨ ਸਮਾਜ ਪਾਰਟੀ ਵਾਲਿਆਂ ਨੂੰ ਲੱਗਦਾ ਗਾ ਕਿ ਸ਼ਾਇਦ ਇੱਕਾ ਦੋਕਾ ਸੀਟਾਂ ਖਾਸ ਕਰਕੇ ਦੁਆਬੇ ਦੇ ਵਿੱਚ ਉਹ ਜਿੱਤਣ ਦੀ ਪੋਜੀਸ਼ਨ ਦੇ ਵਿੱਚ ਚਲੇ ਜਾਣ, ਕਿਉਂਕਿ ਕੋਰਾ ਕਾਫੀ ਲੱਗਿਆ ਹੋਇਆ ਗਾ। ਇੱਕ ਪੰਜਾਬ ਜਿਸ ਤਰ੍ਹਾਂ ਦੀ ਸਟੇਟ ਹੈ, ਪੰਜਾਬ ਦੇ ਵਿੱਚ ਸਥਿਤੀ ਇਹ ਬਣੀ ਹੋਈ ਹੈ ਪੁਰਿਆਲ ਸਾਹਿਬ ਕਿ ਸ਼੍ਰੋਮਣੀ ਅਕਾਲੀ ਦਲ ਵੀ ਦਲਿਤ ਭਾਈਚਾਰੇ ਦੇ ਉੱਤੇ ਅੱਜ ਕੱਲ੍ਹ ਜ਼ੋਰ ਲਾ ਰਿਹਾ। ਇਹਨਾਂ ਨੇ ਬਸਪਾ ਨਾਲ ਗੱਠਜੋੜ ਕਰਕੇ ਕਹੀ ਦਿੱਤਾ ਕਿ ਅਸੀਂ ਡਿਪਟੀ ਸੀਐਮ ਆ ਜਿਹੜਾ ਉਹ ਬਣਾਵਾਂਗੇ, ਭਾਜਪਾ ਵਾਲਿਆਂ ਨੇ ਕਹਿਤਾ ਕਿ ਅਸੀਂ ਮੁੱਖ ਮੰਤਰੀ ਵੀ ਬਣਾ ਦੇਗੇ, ਉਹਨਾਂ ਨੂੰ ਤਾਂ ਖੈਰ ਪਤਾ ਵੀ ਸਾਡਾ ਤਾਂ ਬਣਨਾ ਹੀ ਕੁਛ ਨਹੀਂ, ਸਰਕਾਰ ਬਣਨ ਦੇ ਚਾਂਸ ਹੀ ਕੋਈ ਨਹੀਂ ਪੰਜਾਬ 'ਚ, ਤਾਂ ਉਹਨਾਂ ਦੇ ਪੋਲਿੰਗ ਬੂਥ ਲਾਉਣ ਵਾਲੇ ਨਹੀਂ ਥਿਆਉਣੇ। ਉਧਰੋਂ ਕਾਂਗਰਸ ਪਾਰਟੀ ਵੀ ਇਸ ਪਾਸੇ ਨੂੰ ਚੱਲ ਰਹੀ ਹੈ, ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਨਾਲ ਦਲਿਤ ਭਾਈਚਾਰੇ ਦੇ ਵਿੱਚੋਂ ਕਾਰਜਕਾਰੀ ਪ੍ਰਧਾਨ ਵੀ ਜਿਹੜੇ ਸੁਖਵਿੰਦਰ ਸਿੰਘ ਡੈਣੀ ਨੇ ਉਹ ਲਾਏ ਗਏ ਨੇ। ਸੋ ਇਸ ਕਰਕੇ ਹੁਣ ਸਾਰਿਆਂ ਨੇ ਕੰਸਟਰੇਟ ਹੀ ਇਸ ਵਿਸ਼ੇ ਦੇ ਉੱਤੇ ਕਰਤਾ, ਜਦੋਂ ਇੱਕ ਵਿਸ਼ੇ ਦੇ ਉੱਤੇ ਕੇਂਦਰਿਤ ਕਰਤਾ ਤਾਂ ਵੋਟ ਬੈਂਕ ਆ ਜਿਹੜਾ ਉਹ ਵੰਡਿਆ ਜਾਣਾ। ਦੂਸਰਾ ਇਹ ਕਿ ਬਹੁਜਨ ਸਮਾਜ ਪਾਰਟੀ ਸ਼ਾਇਦ ਜਿਹੜਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਕੀਤਾ ਉਹ ਕਾਹਲੀ ਕਰ ਗਏ ਇਹਨਾਂ ਨਾਲ ਗੱਠਜੋੜ ਕਰਨ ਦੇ ਵਿੱਚ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪੋਜੀਸ਼ਨ ਅਜੇ ਇਸ ਤਰ੍ਹਾਂ ਦੀ ਨਹੀਂ ਹੈ ਕਿ ਲੋਕ ਨੇ ਜਿਹੜੇ ਉਹ ਇਹਨਾਂ ਵਾਲੇ ਪਾਸੇ ਨੂੰ ਝੁਕਾ ਰੱਖਣ ਲੱਗੇ ਹੁਣ, ਕਿਉਂਕਿ ਪਹਿਲਾਂ ਇਹ ਠੀਕ ਆ ਕਿ ਉੱਤਰ ਕਾਟੋ ਮੈਚਰਾਂ ਦੀ ਨੀਤੀ ਚੱਲਦੀ ਆਈ, 5 ਸਾਲ ਤੁਸੀਂ, 5 ਸਾਲ ਬਾਅਦ ਲੋਕ ਆ ਕੇ ਭੁੱਲ ਜਾਂਦੇ ਸੀ ਔਰ ਪਹਿਲਾਂ ਵਾਲੇ ਚੰਗੇ ਲੱਗਣ ਲੱਗ ਜਾਂਦੇ ਸੀ। ਹੁਣ ਪੁਰੇਲ ਸਾਹਿਬ ਲੁੱਟ ਤੇ ਕੋਟੀ ਪਹਿਲਾਂ ਵਾਲੇ ਇੰਨੇ ਜਾਂਦੇ ਨੇ ਕਿ ਉਹਨੂੰ 10 ਸਾਲ ਲਗਭਗ ਲੱਗ ਜਾਂਦੇ ਨੇ, ਉਹ 5 ਸਾਲ ਵਾਲੀ ਉੱਤਰ ਕਾਟੋ ਮੈਚਰ ਆ, ਹੁਣ ਵੱਧ ਗਿਆ ਪੀਰੀਅਡ।
ਸੋ ਇਸ ਕਰਕੇ ਹਜੇ ਪੋਜੀਸ਼ਨ ਆ ਜਿਹੜੀ ਇਸ ਪਾਸੇ ਨੂੰ ਝੁਕਾ ਨਹੀਂ ਬਣਿਆ ਜੀ। ਤੁਸੀਂ ਕਹਿਣਾ ਇਹ ਚਾਹੁੰਦੇ ਕਿ ਲੋਕਾਂ ਦੀ ਕੁੱਟ ਖਾਣ ਦੀ ਸ਼ਕਤੀ ਵੱਧ ਗਈ ਹੈ, ਹੁਣ ਚਿਰ ਜ਼ਿਆਦਾ ਚਿਰ ਕੁੱਟ ਖਾ ਸਕਦੇ ਆ, ਲੁੱਟ ਹੋ ਸਕਦਾ ਹੈ ਜੀ। ਜੀ ਜੀ, ਲੋਕਾਂ ਕੋਲ ਅਸਲ ਦੇ ਵਿੱਚ ਬਦਲੇ ਇਸ ਰੂਪ ਦੇ ਵਿੱਚ ਕੋਈ ਦਿਖਾਈ ਨਹੀਂ ਦਿੰਦਾ ਹੈ ਇਸ ਸਿਸਟਮ ਦੇ ਵਿੱਚ ਕਿ ਲੋਕ ਕੀ ਚੂਜ਼ ਕਰਨ। ਜਿਹਦੇ ਵਿੱਚੋਂ ਲੋਕਾਂ ਦਾ ਪਹਿਲਾਂ ਇਹ ਹੁੰਦਾ ਸੀਗਾ ਕਿ ਇਹਨੂੰ ਚੂਜ਼ ਕਰ ਲਓ, ਇਹ ਥੋੜਾ ਜਿਹਾ ਚੰਗਾ, ਤਾਂ ਹੁਣ ਦੀ ਪੋਜੀਸ਼ਨ ਆ ਜਿਹੜੀ ਉਹ ਇਹ ਬਣ ਚੁੱਕੀ ਹੈਗੀ ਕਿ ਦੋ ਵਿਅਕਤੀ ਨੇ, ਦੋਨਾਂ ਨੇ ਕੁੱਟਣਾ ਗਾ ਕਿ ਉਹ ਦੋਨਾਂ ਚੋਂ ਕਿਹਦੀ ਕੁੱਟ ਖਾਣੀ ਪਸੰਦ ਕਰਦੇ ਨੇ, ਲੋਕਾਂ ਦੀ ਪੋਜੀਸ਼ਨ ਇਹ ਬਣੀ ਹੋਈ ਆ। ਹੁਣ ਪਹਿਲਾਂ ਵਾਲਾ ਕੁੱਟ ਹੀ ਇੰਨਾ ਭੈੜੇ ਤਰੀਕੇ ਦੇ ਨਾਲ ਜਾਂਦਾ ਗਾ ਕਿ ਉਹ ਛੇਤੀ ਕਿਤੇ ਭੁੱਲਿਆ ਨਹੀਂ ਜਾਂਦਾ। ਸੋ ਇਸ ਕਰਕੇ ਹੁਣ ਜਿਹੜਾ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਬਿਜਲੀ ਸਮਝੌਤਿਆਂ ਦੀ ਗੱਲ ਚੱਲ ਰਹੀ ਆ, ਬਿਜਲੀ ਸਮਝੌਤੇ ਅਕਾਲੀ ਦਲ ਵਾਲਿਆਂ ਦੇ ਕੀਤੇ ਹੋਏ ਨੇ, ਔਰ ਸਭ ਨੂੰ ਪਤਾ ਕਿ ਇੱਕ ਤਰਫਾ ਰੂਪ ਦੇ ਵਿੱਚ ਉਹ ਮਲਟੀਨੈਸ਼ਨਲ ਕੰਪਨੀਆਂ ਨੂੰ ਪੰਜਾਬ ਦੀਆਂ ਉਪਜਾਊ ਜ਼ਮੀਨਾਂ ਕੌਡੀਆਂ ਦੇ ਭਾਅ ਖਰੀਦ ਕੇ ਦੇਤੀਆਂ, ਔਰ ਉਹਨਾਂ ਨੂੰ ਕਹਿਤਾ ਵੀ ਲਾਓ ਜੀ ਇੱਥੇ ਸਾਰਾ ਕੁਛ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਔਰ ਬਿਜਲੀ ਤੁਹਾਡੇ ਤੋਂ ਅਸੀਂ ਖਰੀਦਾਂਗੇ। ਤਾਂ ਅੱਜ ਦੇ ਸਮੇਂ ਦੇ ਵਿੱਚ ਵੀ ਮਤਲਬ ਲੋਕ ਇਸ ਗੱਲ ਤੋਂ ਕਿਨਾਰਾ ਕਰਦੇ ਨੇ ਕਿ ਇਸ ਰਾਜਨੀਤਿਕ ਪਾਰਟੀ ਵਾਲੇ ਪਾਸੇ ਨੂੰ ਜਾਇਆ ਜਾਵੇ। ਇਹ ਠੀਕ ਆ ਕਿ ਦੂਜਿਆਂ ਕੋਲੇ ਵੀ ਉਸ ਰੂਪ ਦਾ ਬਦਲ ਨਹੀਂ ਹੈ, ਲੋਕ ਕਾਂਗਰਸ ਤੋਂ ਵੀ ਅੱਕੇ ਪਏ ਨੇ, ਨਾ ਘਰ ਘਰ ਨੌਕਰੀ ਦਿੱਤੀ, ਨਾ ਪੰਜਾਬ 'ਚੋਂ ਨਸ਼ੇ ਖਤਮ ਹੋਏ, ਨਾ ਇਹਨਾਂ ਨੇ ਬੇਅਦਬੀ ਦੇ ਜਿਹੜੇ ਦੋਸ਼ੀ ਸੀ ਉਹ ਫੜੇ, ਨਾ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀ ਫੜੇ, ਨਾ ਇਹਨਾਂ ਨੇ ਕਿਸਾਨਾਂ ਦੀ ਆਮਦਨ ਵਧਾਈ, ਨਾ ਇਹਨਾਂ ਨੇ ਕਰਜ਼ੇ ਕੁਰਕੀਆਂ ਖਤਮ ਕੀਤੇ। ਲੋਕ ਇਸ ਪੋਜੀਸ਼ਨ ਦੇ ਵਿੱਚ ਵੀ ਨੇ, ਲੋਕ ਆਮ ਆਦਮੀ ਪਾਰਟੀ ਦੇ ਵੀ ਬਹੁਤੇ ਸੈਟਿਸਫਾਈਡ ਨਹੀਂ ਕਿਉਂਕਿ ਕੋਰੋਨਾ ਦੇ ਦਿਨਾਂ ਦੇ ਦੌਰਾਨ ਜਿੰਨੀਆਂ ਮੌਤਾਂ ਬਾਕੀ ਸੂਬਿਆਂ 'ਚ ਹੋਈਆਂ ਉਹ ਜੀ ਪੋਜੀਸ਼ਨ ਦਿੱਲੀ 'ਚ ਬਣੀ, ਜਿਹੜੇ ਮਾਡਲ ਹੌਸਪੀਟਲ ਵਿਕਸਿਤ ਕੀਤੇ ਜਾ ਰਹੇ ਸੀ ਉਹਨਾਂ ਮਾਡਲ ਹੌਸਪੀਟਲਾਂ ਦੇ ਵਿੱਚ ਆਕਸੀਜਨ ਜਨਰੇਸ਼ਨ ਪਲਾਂਟ ਤੱਕ ਨਹੀਂ ਸੀ ਲੱਗੇ ਹੋਏ। ਤਾਂ ਇਸ ਕਰਕੇ ਪੰਜਾਬ ਦੇ ਵਿੱਚ ਵੀ ਮਤਲਬ ਜਿਸ ਤਰੀਕੇ ਦੀ ਪੋਜੀਸ਼ਨ ਹੈ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਦੂਜੇ ਨੂੰ ਕਾਰਨਰ ਕਰਨ ਦੀ, ਪਾਰਟੀ ਦੇ ਵਿੱਚ ਇਨਰ ਡੈਮੋਕ੍ਰੇਸੀ ਨਜ਼ਰ ਨਹੀਂ ਆਉਂਦੀ, ਤਾਂ ਇਸ ਕਰਕੇ ਲੋਕ ਉਸ ਪਾਸੇ ਨੂੰ ਵੀ ਹੈ ਨਹੀਂ। ਸੋ ਕੁੱਲ ਪੋਜੀਸ਼ਨ ਆ ਜਿਹੜੀ ਉਹ ਇਹ ਬਣੀ ਹੋਈ ਹੈਗੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਪਾਸੇ ਵੀ ਪੰਜਾਬ ਦੀ ਸਥਿਤੀ ਆ ਜਿਹੜੀ ਉਹ ਜਾ ਸਕਦੀ ਆ। ਹਾਂ, ਇੰਨਾ ਕੁ ਜ਼ਰੂਰ ਹੈਗਾ ਕਿ ਹੁਣ ਸਰਕਾਰਾਂ ਨੂੰ ਇਹ ਲੱਗਣ ਲੱਗ ਗਿਆ ਵੀ ਤੁਸੀਂ 4.5 ਸਾਲ ਲੋਕਾਂ ਦੇ ਕੰਮ ਨਾ ਕਰੋ, ਉਦੋਂ ਬਾਅਦ ਪ੍ਰਸ਼ਾਂਤ ਚੋਰ ਵਰਗਾ ਕੋਈ ਮੈਨੇਜਰ ਲਿਆਓ, ਉਹ ਤੁਹਾਨੂੰ ਦੱਸੂ ਕਿ ਤੁਸੀਂ ਕਿਵੇਂ ਦੇ ਸਲੋਗਨ ਦੇਣੇ ਨੇ, ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਵੋਟ ਬਕਸਿਆਂ 'ਚ ਢਾਲਣਾ, ਉਹ ਤੁਸੀਂ ਕਰੋ ਔਰ ਉਦਾਂ ਦੇ ਜੁਮਲੇ ਲੋਕਾਂ ਦੇ ਉੱਤੇ ਫਿੱਟ ਕਰੋ ਤੇ ਤੁਸੀਂ ਲੈ ਜਾਓ। ਤੋਂ ਬਾਅਦ ਜਿਹੜਾ ਹੁਣ ਵੀ ਨਵਜੋਤ ਸਿੰਘ ਸਿੱਧੂ ਵਾਲਾ ਸਾਰਾ ਐਪੀਸੋਡ ਚੱਲਿਆ, ਕਿਤੇ ਨਾ ਕਿਤੇ ਇਹਦੇ 'ਚ ਪ੍ਰਸ਼ਾਂਤ ਕਿਸ਼ੋਰ ਦੀ ਸਕ੍ਰਿਪਟ ਕੰਮ ਕਰ ਰਹੀ ਨਜ਼ਰ ਆਉਂਦੀ ਹੈ ਜੀ। ਨਵਜੋਤ ਸਿੰਘ ਸਿੱਧੂ ਕੀ ਆਪਣੇ ਆਪ ਨੂੰ ਮੁੱਖ ਮੰਤਰੀ ਸਮਝਦੇ ਆ? ਦੇਖੋ, ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਪੁਰਾਲ ਸਾਹਿਬ ਅੱਜ ਕੱਲ੍ਹ ਪੋਜੀਸ਼ਨ ਚੱਲ ਰਹੀ ਆ, ਪ੍ਰਸ਼ਾਂਤ ਕਿਸ਼ੋਰ ਖੁਦ ਪਾਰਟੀ ਦੇ ਵਿੱਚ ਕਾਂਗਰਸ ਦੀ ਦੇ ਵਿੱਚ ਜਾਣ ਦੀ ਤਿਆਰੀ ਦੇ ਵਿੱਚ ਨਜ਼ਰ ਆ ਰਿਹਾ। ਕੱਲ੍ਹ ਰਾਹੁਲ ਗਾਂਧੀ ਨੇ ਡਿਸਕਸ਼ਨ ਵੀ ਕੀਤੀ ਆ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਕਿ ਜੇ ਪ੍ਰਸ਼ਾਂਤ ਕਿਸ਼ੋਰ ਨੂੰ ਹੀ ਆਪਾਂ ਪਾਰਟੀ ਦੇ ਵਿੱਚ ਲਿਆਈਏ, ਤਾਂ ਉਹਦੇ 'ਚੋਂ ਇਹਨਾਂ ਨੂੰ ਸੈਂਟਰ ਲੈਵਲ ਦੇ ਉੱਤੇ ਕੁਛ ਬੁਲਾਰਿਆਂ ਦੀ ਲੋੜ ਹੈ, ਸੈਂਟਰ ਲੈਵਲ ਦੇ ਉੱਤੇ ਕੁਛ ਇੱਦਾਂ ਦੇ ਲੋਕਾਂ ਦੀ ਲੋੜ ਹੈ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਬੋਲਣ। ਉਹਦੇ 'ਚ ਇਹਨਾਂ ਨੂੰ ਨਵਜੋਤ ਸਿੰਘ ਸਿੱਧੂ ਸ਼ਾਇਦ ਨਜ਼ਰ ਆਉਂਦਾ ਹੋਵੇ, ਜਿਹਦੇ 'ਚੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਪ੍ਰਮੋਟ ਕਰ ਰਹੇ ਨੇ। ਨਹੀਂ ਤਾਂ ਬਹੁਤ ਸਾਰੇ ਸਿਆਸੀ ਮਾਹਰ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਵਿਅਕਤੀ ਨੂੰ ਇੰਨਾ ਪ੍ਰਮੋਟ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਸਿਫਾਰਿਸ਼ਾਂ ਭੇਜੀਆਂ, ਬਹੁਤ ਦਬਾਅ ਪਾਏ, ਈਵਨ ਜਿਸ ਦਿਨ ਪ੍ਰਧਾਨ ਬਣਾਉਣਾ ਸੀ ਉਦੋਂ ਇੱਕ ਦਿਨ ਪਹਿਲਾਂ ਵੀ ਚਿੱਠੀ ਭੇਜੀ, ਲੇਕਿਨ ਫਿਰ ਵੀ ਮਤਲਬ ਕੈਪਟਨ ਅਮਰਿੰਦਰ ਸਿੰਘ ਦੀ ਮੰਨੀ ਨਹੀਂ ਗਈ। ਜਿਹਦੇ 'ਚ ਹੋ ਸਕਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਇਹ ਲੱਗਦਾ ਹੀ ਹੋਵੇ ਜਿਸ ਤਰੀਕੇ ਦੇ ਨਾਲ ਉਸ ਦਿਨ 60 ਦੇ ਲਗਭਗ MLA ਅੰਮ੍ਰਿਤਸਰ ਸਾਹਿਬ ਦੇ ਵਿੱਚ ਗਏ ਨੇ ਨਵਜੋਤ ਸਿੰਘ ਸਿੱਧੂ ਦੇ ਨਾਲ, ਤਾਂ ਉਹਦੇ 'ਚੋਂ ਲੱਗ ਹੀ ਸਕਦਾ ਜੀ ਕਿ ਨਵਜੋਤ ਸਿੰਘ ਸਿੱਧੂ ਨੂੰ ਕਿ ਮੁੱਖ ਮੰਤਰੀ ਤਾਂ ਅਗਲਾ ਮੈਂ ਹੀ ਹੋਵਾਂਗਾ ਜੀ। ਪੱਤੀ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਕੱਲ ਫਿਰ ਸੁਣ ਤਾਂ ਸੋਮਵਾਰ ਮੁਲਾਕਾਤ ਹੋ ਗਈ, ਕੱਲ ਨੂੰ ਤਾਂ ਸੈਚਰਡੇ ਸਾਡੇ, ਤੇ ਸ਼ੁਕਰੀਆ ਤੁਹਾਡਾ। ਸ਼ੁਕਰੀਆ ਜੀ ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਸਵਾਗਤ ਹੈ ਤੁਹਾਡਾ ਸ਼ੇਰੇ ਪੰਜਾਬ 600 AM ਡਾਇਲ 'ਤੇ। ਅਸੀਂ ਗੱਲ ਕਰ ਰਹੇ ਸੀ ਪੰਜਾਬ ਦੇ ਪੱਤਰਕਾਰ ਨਾਲ, ਨਵਜੋਤ ਸਿੱਧੂ ਵੱਲੋਂ ਜੋ 5 ਨੁਕਾਤੀ ਪ੍ਰੋਗਰਾਮ ਜਾਰੀ ਕੀਤਾ ਗਿਆ ਉਹਨਾਂ ਬਾਰੇ ਇੱਕ ਤਬਸਰਾ ਕਰਨਾ ਜ਼ਰੂਰੀ ਆ, ਇੱਕ ਫਿਊਚਰ ਪ੍ਰੋਗਰਾਮ 'ਚ ਕਿਤੇ ਕਰਾਂਗੇ। ਪਰ ਇਸ ਵਕਤ ਮੈਂ ਇਹ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਨੇ, ਚਾਹੇ ਉਹ ਐਗਰੀਕਲਚਰ ਦੀ ਹੋਵੇ, ਚਾਹੇ ਇੰਡਸਟਰੀ ਦੀ ਹੋਵੇ, ਜਾਂ ਐਜੂਕੇਸ਼ਨ ਦੀ ਹੋਵੇ, ਜਾਂ ਹੈਲਥ ਕੇਅਰ ਦੀ ਹੋਵੇ, ਉਹਨਾਂ 'ਚੋਂ ਕੋਈ ਵੀ ਮਸਲਾ ਠੋਕੋਤਾੜੀ ਨੇ ਨਹੀਂ ਚੱਕਿਆ। ਆਪ ਅਕਲ ਨਹੀਂ ਤਾਂ 4 ਅਕੈਡੈਮਿਕ ਬੰਦਿਆਂ ਨੂੰ ਫੜ ਲੈਂਦਾ, ਉਹਨਾਂ ਤੋਂ ਪੁੱਛ ਲੈਂਦਾ ਵੀ ਕੀ ਗੱਲ ਹੋਈ ਹੈ,
ਪਰ ਮੇਰਾ ਖਿਆਲ ਇਹ ਉਹਨਾਂ ਚੋਂ ਬੰਦੇ ਜਿਹੜੇ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਅਤੇ ਕਦੇ ਵੀ ਕਿਸੇ ਲੀਡਰ ਦੀ ਜਦੋਂ ਡਾਊਨਫਾਲ ਆਉਂਦੀ ਹੈ ਨਾ ਥੱਲੇ ਨੂੰ ਡਿੱਗਦਾ ਉਹ ਉਦੋਂ ਆਪਣੇ ਆਪ ਨੂੰ ਰੱਬ ਸਮਝਣ ਲੱਗ ਪੈਂਦਾ ਇਸ ਕਰਕੇ ਨਵਜੋਤ ਸਿੱਧੂ ਦੀ ਡਾਊਨਫਾਲ ਇਹ ਹੋਣੀ ਕਿ ਫੁਕਰੀਆਂ ਛੱਡਣੋਂ ਹਟਣਾ ਨਹੀਂ ਅਤੇ ਫੁਕਰੀਆਂ ਦੇ ਨਾਲ ਥੋੜ੍ਹਾ ਜਿਹਾ ਚੱਲਦਾ ਹੁੰਦਾ ਉਹਨਾਂ ਦੀਆਂ ਸਪੀਚਸ ਸੁਣਨ ਆ ਜਾਂਦੇ ਲੋਕ ਕਿਉਂਕਿ ਚੁਟਕਲੇ ਸੁਣਾਉਂਦੇ ਆ ਸਿਮਰਨਜੀਤ ਸਿੰਘ ਮਾਨ ਦਾ ਮੈਂ ਸਪੀਚਸ ਸੁਣੀਆਂ ਮੈਂ ਕਿਸੇ ਹੋਰ ਵੀ ਲੀਡਰ ਦੀਆਂ ਸੁਣੀਆਂ ਪਰ ਉਹਨਾਂ ਨੂੰ ਵੋਟ ਨਹੀਂ ਕਿਸੇ ਨੇ ਪਾਈ ਉਹਨਾਂ ਨੂੰ ਸਪੀਚਸ ਸੁਣਨ ਜ਼ਿਆਦਾ ਆਉਂਦੇ ਸੀ ਲੋਕ ਤਕਰੀਰ ਸੁਣਨ ਆਉਂਦੇ ਸੀ ਕਿ ਠੀਕ ਹੈ ਇਹ ਚੁਟਕਲੇ ਸੁਣਾਉਂਦੇ ਆ ਚੰਗੀਆਂ ਗੱਲਾਂ ਸੁਣਾਉਂਦੇ ਆ ਪਰ ਉਸ ਤੋਂ ਬਾਅਦ ਲੋਕਾਂ ਨੂੰ ਘਰ ਜਾ ਕੇ ਪਤਾ ਲੱਗਦਾ ਔਰ ਸੋਚਦੇ ਉਸ ਗੱਲ ਬਾਰੇ ਕਿ ਮੈਨੂੰ ਕੀ ਪ੍ਰੋਬਲਮ ਆ ਮੇਰੇ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਇਸ ਨੇ ਮੈਂ ਇੱਕ ਸਟੂਡੈਂਟ ਹਾਂ ਮੈਂ ਇੱਕ ਕਿਸਾਨ ਹਾਂ ਮੈਂ ਇੱਕ ਕਿਰਤੀ ਹਾਂ ਮੈਂ ਇੱਕ ਦਲਿਤ ਹਾਂ ਮੈਂ ਇੱਕ ਔਰਤ ਹਾਂ ਮੈਂ ਇੱਕ ਬਿਮਾਰੀ ਦਾ ਸ਼ਿਕਾਰ ਹਾਂ ਮੇਰੇ ਜੇ ਇਹਨਾਂ ਗੱਲਾਂ ਦੇ ਨਾਲ ਕੋਈ ਗੱਲ ਨਹੀਂ ਕਰਦਾ ਤਾਂ ਫਿਰ ਲੋਕ ਵੋਟ ਨਹੀਂ ਪਾਉਂਦੇ ਹਾਂ ਠੀਕ ਹੈ ਕੁਛ ਇੱਕ ਛੋਟੇ ਜਿਹਾ ਹਿੱਸਾ ਆਇਆ ਸਾਡੇ ਜਿਹੜਾ ਸ਼ਰਾਬ ਦੀਆਂ ਬੋਤਲਾਂ ਲੈ ਕੇ ਥੋੜ੍ਹੇ ਜਿਹੇ ਪੈਸੇ ਲੈ ਕੇ ਵੋਟਾਂ ਪਾਉਣ ਦਾ ਪਰ ਉਹਦੇ ਨਾਲ ਸਰਕਾਰ ਨਹੀਂ ਬਣਦੀ ਕਿਸੇ ਦੀ ਇਸ ਕਰਕੇ ਅਸੀਂ ਫਿਊਚਰ ਦੇ ਵਿੱਚ ਇਹ ਜ਼ਰੂਰ ਗੱਲਬਾਤ ਜਾਰੀ ਰੱਖਾਂਗੇ ਕਿ ਇਹਨਾਂ ਦਾ ਪੰਜ ਨੁਕਾਤੀ ਪ੍ਰੋਗਰਾਮ ਕੀ ਉਹ ਪੰਜਾਬ ਦੇ ਮਸਲੇ ਸੋਲਵ ਕਰਨ ਵਾਲਾ ਹੈ ਇਕੱਲੇ ਇਕੱਲੇ ਨੁਕਤੇ ਬਾਰੇ ਗੱਲ ਕਰਾਂਗੇ ਸਵਾਗਤ ਹੈ ਤੁਹਾਡਾ ਸ਼ੇਰੇ ਪੰਜਾਬ 600 AM ਡਾਇਲ 'ਤੇ ਸਾਡੇ ਸਟੂਡੀਓ ਦਾ ਨੰਬਰ ਹੈ 604-204-0600 ਮੇਰਾ ਪਰਸਨਲ ਸੈੱਲ ਨੰਬਰ ਹੈ 604-729-4592 604-729-4592 ਸਟੂਡੀਓ ਦਾ ਇੱਕ ਵਾਰ ਫਿਰ 604-204-0600 ਸਭ ਤੋਂ ਪਹਿਲਾਂ ਸਾਡੇ ਨਾਲ ਸਰਦਾਰ ਅਮਰਜੀਤ ਸੰਧੂ ਫੋਨ 'ਤੇ ਨੇ ਹਾਂਜੀ ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਬੈਕ ਥੈਂਕ ਯੂ ਮੈਂ ਤੁਸੀਂ ਤੁਹਾਡਾ ਪਤਾ ਕਰਨ ਵਾਸਤੇ ਕੀਤਾ ਫੋਨ ਵੀ ਤੁਹਾਡੀ ਕਿਸ ਤਰ੍ਹਾਂ ਹੁਣ ਤੁਸੀਂ 100% ਠੀਕ ਹੋ ਗਏ ਜਾਂ ਹਜੇ ਕੋਈ ਹੈ ਕਮੀ ਜਾਂ ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਤੁਸੀਂ ਬੈਕ ਆਇਓ ਮੈਂ 100% ਤੇ ਨਹੀਂ ਕਹਿ ਸਕਦਾ ਕਿ ਇੰਨਾ ਹੋਗਾ ਕਿ ਤੁਰ ਫਿਰ ਸਕਦੇ ਹਾਂ ਥੋੜ੍ਹਾ ਜਿਹਾ ਉੱਠੇ ਹਾਂ ਸਰੀਰ ਮਾੜੇ ਜਿਹਾ ਗੱਲਬਾਤ ਕਰਨ ਜੋਗੇ ਹੋਏ ਹਾਂ ਅਤੇ ਤੁਰ ਫਿਰ ਸਕਦਾ ਇਹ 100% ਤੇ ਨਹੀਂ ਹਾਲੇ ਹੋਇਆ ਤੁਹਾਡੀਆਂ ਸ਼ੁਭ ਇਸ਼ਾਵਾਂ ਦੇ ਨਾਲ ਹੋ ਜਾਊਂਗਾ ਹਾਂ ਠੀਕ ਹੈ ਜੀ ਬੜੀ ਮਿਹਰਬਾਨੀ ਕਿਉਂਕਿ ਤੁਹਾਡਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਤੁਹਾਨੂੰ ਮਾਲਕ ਬਿਲਕੁਲ ਠੀਕ ਕਰੇ ਅਤੇ ਪਰਿਵਾਰ ਦੇ ਵਿੱਚ ਖੁਸ਼ ਰੱਖੇ ਸੀ ਇੰਨਾ ਕਹਿਣਾ ਸੀ ਜੀ ਬੜੀ ਖੁਸ਼ੀ ਹੋਈ ਜੀ ਤੁਹਾਡੀ ਆਵਾਜ਼ ਸੁਣ ਕੇ ਥੈਂਕ ਯੂ ਸਾਨੂੰ ਗੁਰੂ ਆਸਰਾ ਹੈ ਅਸੀਂ ਕਹਿੰਦੇ ਹੁੰਦੇ ਉਹਦੇ ਹੱਥ ਵਿੱਚ ਕੋਈ ਤਲਵਾਰ ਵੀ ਨਹੀਂ ਉਹਦਾ ਖਾਲੀ ਜਾਂਦਾ ਵਾਰ ਵੀ ਨਹੀਂ ਅਤੇ ਇਸ ਕਰਕੇ ਗੁਰੂ ਆਸਰਾ ਸਭ ਨੂੰ ਚਾਹੀਦਾ ਸਾਡੇ ਸਟੂਡੀਓ ਦਾ ਨੰਬਰ 604-204-0600 ਮੇਰਾ ਪਰਸਨਲ ਨੰਬਰ 604-729-4592 604-729-4592 ਔਰ ਅਸੀਂ ਗੱਲ ਕਰਦੇ ਸੀ ਹਿੰਦੁਸਤਾਨ ਦੀਆਂ ਖਬਰਾਂ ਦੀ ਇੱਕ ਖਬਰ ਜਿਹੜੀ ਬੜੀ ਉਹਨਾਂ ਨੇ ਨੰਬਰ 1 ਖਬਰ ਦੱਸੀ ਹੈ ਕਿ ਇੱਕ ਮਿੰਟ ਸਾਡਾ ਪਹਿਲਾਂ ਫੋਨ ਆ ਗਿਆ ਫੋਨ ਜਾਂ ਚਲੋ ਗੱਲਬਾਤ ਕਰ ਹੀ ਲੈਂਦੇ ਪਹਿਲਾਂ ਕਿਸਾਨੀ ਐਜੀਟੇਸ਼ਨ ਬਾਰੇ ਗੱਲ ਕਰਦੇ ਹਾਂ ਜਿਹੜੀ ਪਿਛਲੇ ਕੁਛ ਮਹੀਨਿਆਂ ਤੋਂ ਚੱਲ ਰਹੀ ਹੈ ਪਰ ਮੋਦੀ ਸਰਕਾਰ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ 27 ਜਨਵਰੀ ਤੋਂ ਬਾਅਦ ਅੱਜ ਤਾਈਂ ਕੋਈ ਵੀ ਮੀਟਿੰਗ ਨਹੀਂ ਹੋਈ ਉਹਨਾਂ ਦੇ ਨਾਲ ਹੁਣ ਕਿਸਾਨਾਂ ਨੇ ਜੰਤਰ ਮੰਤਰ 'ਤੇ ਆਪਣਾ ਪਾਰਲੀਮੈਂਟਰੀ ਸੈਸ਼ਨ ਲਾਉਣੇ ਸ਼ੁਰੂ ਕਰ ਦਿੱਤੇ ਨੇ ਅਸਲ ਗੱਲਬਾਤ ਜਿਹੜੀ ਸਿਰਫ ਅਸੀਂ ਐਜੀਟੇਸ਼ਨ ਤਾਂ ਹੀ ਸੀਮਤ ਰੱਖਦੇ ਹਾਂ ਆਪਣੀ ਗੱਲਬਾਤ ਨੂੰ ਉਹਦੇ ਵਿੱਚ ਕਿਸਾਨ ਮੰਗ ਕਰ ਰਿਹਾ ਹੈ ਕਿ ਸਾਡੀ ਉਹਨਾਂ ਨੂੰ ਡਰ ਹੈ ਕਿ ਸਾਡੀ MSP ਜਾਂਦੀ ਲੱਗਣੀ ਹੈ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਗ੍ਰੀਨ ਰੈਵੋਲਿਊਸ਼ਨ ਦੇ ਵੇਲੇ ਤੋਂ ਸ਼ੁਰੂ ਹੋਈ ਹੈ ਅਤੇ ਉਸ ਤੋਂ ਬਾਅਦ ਗਾਰੰਟੀ ਜਿਹੜੀ ਸਰਕਾਰੀ ਤੌਰ 'ਤੇ ਖਰੀਦੀ ਜਾਂਦੀ ਉਹ ਖਤਮ ਹੋ ਜਾਣੀ ਸਾਡੀ ਸੋ ਇਸ ਕਰਕੇ ਉਹ
ਚਿੰਤਤ ਨੇ, ਉਹਨਾਂ ਨੇ ਪਹਿਲਾਂ ਮੰਗ ਕਰਦੇ ਹੁੰਦੇ ਸੀ ਕਿ ਕੀਮਤਾਂ ਵਧਾਈਆਂ ਜਾਣ। ਪਰ ਇਸ ਐਜੀਟੇਸ਼ਨ ਦੇ ਵਿੱਚ ਸ਼ਾਇਦ ਉਹ ਗੱਲ ਨਹੀਂ ਹੈ, ਸਾਡੇ ਕੋਈ ਨਵੀਂ ਗੱਲ ਨਹੀਂ ਕਿ ਸਾਡੇ ਕਿਸਾਨ ਇੱਕ ਸਰਕਾਰ ਦੇ ਕੋਲੋਂ ਕੋਈ ਮਦਦ ਮੰਗ ਰਹੇ ਹੋ। ਸਾਡੇ ਇੱਥੇ ਕੈਨੇਡਾ ਦੇ ਵਿੱਚ ਫੋਰ ਐਗਜ਼ਾਮਪਲ ਜਦੋਂ ਵੀ ਫ੍ਰੀ ਟ੍ਰੇਡ ਦੀਆਂ ਗੱਲਬਾਤ ਹੁੰਦੀ ਹੈ ਤਾਂ ਸਾਡੀ ਸਰਕਾਰ ਡਟ ਕੇ ਕਹਿੰਦੀ ਹੈ ਕਿ ਅਸੀਂ ਪੋਲਟਰੀ ਸੈਕਸ਼ਨ ਦੇ ਵਿੱਚ ਪੋਲਟਰੀ ਸੈਕਟਰ ਨੂੰ ਬਰਕਰਾਰ ਰੱਖਣਾ ਅਤੇ ਅਸੀਂ ਡੇਅਰੀ ਪ੍ਰੋਡਕਟਸ ਨੂੰ ਆਪਣੇ ਨੂੰ ਜਿਹੜੇ ਆ ਉਹਨਾਂ ਨੂੰ ਬਰਕਰਾਰ ਰੱਖਣਾ, ਜਿਹੜੇ ਸਾਡੇ ਲਈ ਦੁੱਧ ਵਗੈਰਾ ਪ੍ਰੋਡਿਊਸ ਕਰਦੇ ਨੇ ਉਹਨਾਂ ਉਹ ਐਂਟੀਬਾਇਓਟਿਕਸ ਨਹੀਂ ਯੂਜ਼ ਕਰਦੇ, ਸਟੈਰੋਇਡ ਨਹੀਂ ਯੂਜ਼ ਕਰਦੇ, ਇਸ ਕਰਕੇ ਸਾਡੀ ਸਿਹਤ ਲਈ ਉਹ ਚੰਗਾ ਹੈ। ਪਰ ਵੱਡੀ ਗੱਲ ਇਹ ਆ ਕਿ ਉਹਦੇ ਵਿੱਚ ਹਜ਼ਾਰਾਂ ਲੋਕ ਰਹਿੰਦੇ ਨੇ, ਹਜ਼ਾਰਾਂ ਸੈਂਕੜੇ ਕਮਿਊਨਿਟੀਜ਼ ਨੇ ਸਾਡੇ ਕੈਨੇਡਾ ਦੇ ਵਿੱਚ ਜਿਹੜੀਆਂ ਉੱਜੜ ਜਾਣਗੀਆਂ ਜੇ ਸਾਡਾ ਫ੍ਰੀ ਟ੍ਰੇਡ ਹੋ ਜਾਵੇ, ਉਹਨਾਂ ਨੂੰ ਨਾ ਮਦਦ ਮਿਲੇ ਅਤੇ ਬਹੁਤ ਕਮਿਊਨਿਟੀਜ਼ ਜਿਹੜੀਆਂ ਸਾਡੇ ਚੱਲ ਜਾਂਦੀਆਂ ਲੱਗਣੀਆਂ। ਇਸੇ ਤਰ੍ਹਾਂ ਸਾਡੇ ਪਿੰਡਾਂ ਦੇ ਵਿੱਚ, ਖਾਸ ਤੌਰ 'ਤੇ ਹਿੰਦੁਸਤਾਨ ਦੇ ਵਿੱਚ 70% ਲੋਕ ਤਾਂ ਪਿੰਡਾਂ ਦੇ ਵਿੱਚ ਰਹਿੰਦੇ ਨੇ, ਉਹ ਉਹਨਾਂ ਦੇ ਬੱਸਣ ਲਈ ਕੋਈ ਜਗ੍ਹਾ ਚਾਹੀਦੀ ਹੈ, ਉਹਨਾਂ ਨੂੰ ਆਪਣਾ ਢੰਗ ਤਰੀਕਾ ਚਾਹੀਦਾ ਬਚਾਉਣ, ਆਪਣੇ ਆਪ ਨੂੰ ਬਚਾਉਣ ਦਾ, ਅਤੇ ਉਹਦੇ ਲਈ ਜੱਦੋਜਹਿਦ ਕਰ ਰਹੇ ਹਾਂ। ਹਿਸਟੋਰੀਕਲੀ ਅਸੀਂ ਦੇਖੀਏ ਤਾਂ ਬਹੁਤਾ ਮੈਂ ਪਿੱਛੇ ਨਹੀਂ ਜਾਂਦਾ, ਪਰ ਪੰਜਾਬ ਦਾ ਸੂਬਾ ਅਕਬਰ ਬਾਦਸ਼ਾਹ ਦੇ ਸਮੇਂ ਦੇ ਵਿੱਚੋਂ ਪਹਿਲੀ ਵਾਰ ਲਾਹੌਰ ਸੂਬਾ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦੇ ਵਿੱਚ ਪੰਜ ਦਰਿਆਵਾਂ ਦੀ ਧਰਤੀ ਨੂੰ ਦਾ ਪੁਨਰਗਠਨ ਕੀਤਾ ਗਿਆ। ਜੇ ਆਪਣੇ ਮੁਲਤਾਨ ਦਾ ਜਿਹੜਾ ਸੂਬਾ ਸੀ ਉਹਦੇ ਵਿੱਚ ਸਿੰਧ ਪ੍ਰੋਵਿੰਸ, ਜਿਹੜਾ ਸਿੰਧ ਦਾ ਸੂਬਾ ਹੈ ਉਹ ਸ਼ਾਮਿਲ ਸੀ, ਇਹ ਦੋ ਸੂਬੇ। ਔਰ ਖਾਸ ਤੌਰ 'ਤੇ ਅਕਬਰ ਬਾਦਸ਼ਾਹ ਨੂੰ ਪਿਆਰ ਇਹਦਾ ਪੰਜਾਬ ਦਾ ਜ਼ਿਆਦਾ ਸੀ ਵੈਸੇ, ਕਿਉਂਕਿ ਉਹਨਾਂ ਨੇ ਬਾਦਸ਼ਾਹੀ ਵੀ ਇੱਥੋਂ ਹੀ ਕਲਾਨੌਰ ਤੋਂ, ਗੁਰਦਾਸਪੁਰ ਤੋਂ ਮਿਲੀ ਸੀ, ਉਹਨੂੰ ਉੱਥੇ ਸ਼ਪਤ ਲਈ ਸੀ ਉਹਨਾਂ ਨੇ। ਬਾਅਦ ਦੇ ਵਿੱਚ ਉਹਨਾਂ ਨੇ ਲਾਹੌਰ ਨੂੰ ਇੱਕ ਕੈਪੀਟਲ ਵੀ ਬਣਾਇਆ ਹਿੰਦੁਸਤਾਨ ਦੀ, ਜਿਹੜੀ ਇੱਕ ਵੱਡੀ ਗੱਲ ਹੈ। ਔਰ ਲਾਹੌਰ ਬਹੁਤ ਪੁਰਾਣੀ ਸਾਡੀ ਸਾਡਾ ਸ਼ਹਿਰ ਹੈ, ਔਰ ਮਹਿਮੂਦ ਗਜ਼ਨਵੀ ਤੋਂ ਬਾਅਦ ਉਹਨੇ ਥੋੜ੍ਹਾ ਚਿਰੇ ਦਾ ਨਾਮ ਬਦਲਿਆ ਸੀ, ਮਹਿਮੂਦਗੜ੍ਹ ਰੱਖ ਦਿੱਤਾ ਸੀ, ਪਰ ਫਿਰ ਲਾਹੌਰ ਲਾਹੌਰ ਹੀ ਰਿਹਾ। ਕਹਿੰਦੇ ਹੁੰਦੇ ਆ ਪੰਜਾਬੀ ਦੇ ਵਿੱਚ, ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ, ਵਾਕਿਆ ਹੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਅਤੇ ਦੂਸਰੀ ਮੈਂ ਅਕਬਰ ਬਾਦਸ਼ਾਹ ਦੀ ਗੱਲ ਕਰਨੀ ਚਾਹੁੰਦਾ ਸੀ ਕਿ ਉਹਨਾਂ ਨੇ, ਉਹ ਪਹਿਲੇ ਬਾਦਸ਼ਾਹ ਸੀ ਮਾਡਰਨ ਜ਼ਮਾਨੇ ਦੇ ਵਿੱਚ, ਮੈਂ ਮਾਡਰਨ ਦਾ ਮਤਲਬ 20ਵੀਂ ਸਦੀ ਨਹੀਂ ਲੈਂਦਾ, ਅੱਜ ਤੋਂ 400-500 ਸਾਲ ਪਹਿਲਾਂ ਵੀ ਮਾਡਰਨ ਅਸੀਂ ਕਹਿ ਸਕਦੇ ਹਾਂ। ਉਹਨਾਂ ਨੇ ਨਹਿਰਾਂ ਖਦਵਾਈਆਂ ਪੰਜਾਬ ਦੇ ਵਿੱਚ, ਤੇ ਉਸ ਤੋਂ ਬਾਅਦ ਜੇ ਕੋਈ ਖੇਤੀਬਾੜੀ ਲਈ ਸਟੇਟ ਨੇ ਮਹੱਤਵਪੂਰਨ ਕੰਮ ਕੀਤਾ ਤਾਂ ਮੁਲਤਾਨ ਦੇ ਇਲਾਕੇ ਦੇ ਵਿੱਚ ਬਾਦਸ਼ਾਹ ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਨਹਿਰਾਂ ਖਦਵਾਈਆਂ ਕੁਛ। ਔਰ ਮਹਾਰਾਜਾ ਸਾਹਿਬ ਨੇ ਇੱਕ ਹੋਰ ਰੂਲ ਕੀਤਾ ਕਿ ਪਿੰਡਾਂ ਦੇ ਵਿੱਚ ਜਿਹੜੇ ਟਿੰਡਾਂ ਵਾਲੇ ਖੂਹ ਲੱਗਦੇ ਹੁੰਦੇ ਸੀ ਉਹਨਾਂ ਨੂੰ ਜੇ ਕੋਈ ਲਗਵਾਉਣਾ ਚਾਹੁੰਦਾ ਸੀ ਤਾਂ ਉਹਨਾਂ ਨੂੰ ਇੰਟਰਸਟ ਫ੍ਰੀ ਲੋਨ ਦਿੰਦੇ ਸੀ, ਅਤੇ ਉਹਨਾਂ ਉਸ ਕਰਜ਼ੇ 'ਤੇ ਕਦੇ ਕੋਈ ਵਿਆਜ ਨਹੀਂ ਲੈਂਦੇ ਸੀ, ਸਰਕਾਰ ਵੱਲੋਂ ਦਿੱਤਾ ਜਾਂਦਾ ਸੀ। ਇਸ ਕਰਕੇ ਸਾਡੇ ਇਹ ਟ੍ਰੈਡੀਸ਼ਨ ਰਿਹਾ ਕਿ ਸਟੇਟ ਕੁਛ ਨਾ ਕੁਛ ਕਰਦੀ ਹੈ ਕਿਸਾਨਾਂ ਲਈ। ਅਤੇ ਹੁਣ ਮੋਦੀ ਸਰਕਾਰ ਨੇ ਜਿਹੜੇ 3 ਕਾਨੂੰਨ ਬਣਾਏ ਨੇ ਉਹਨਾਂ ਦਾ ਦਾਅਵਾ ਹੈ ਕਿ ਸੇਲ ਜਿਹੜੀ ਹੁੰਦੀ ਆ ਉਹ ਲਿਬਰਲ ਕਰ ਦੇਣੀ ਅਸੀਂ, ਜ਼ਰੂਰੀ ਨਹੀਂ ਕਿ ਤੁਸੀਂ ਪੰਜਾਬ 'ਚ ਵੇਚੋ, ਜਾ ਕੇ ਕੇਰਲਾ 'ਚ ਵੀ ਵੇਚ ਸਕਦੇ ਹਾਂ, ਤੁਸੀਂ ਜਾ ਕੇ ਤਾਮਿਲਨਾਡੂ ਦੇ ਵਿੱਚ ਵੇਚ ਸਕਦੇ ਹਾਂ। ਕਿੰਨੇ ਕੁ ਵੇਚਣਗੇ ਇਹ ਤਾਂ ਪਤਾ ਲੱਗੂਗਾ ਬਾਅਦ ਦੇ ਵਿੱਚ। ਬਿਹਾਰ 'ਚ ਬਹੁਤ ਚਿਰ ਦਾ ਹੋਇਆ, ਉਹ ਉਹਨਾਂ ਨੇ ਤਾਂ ਕੋਈ ਖੁਸ਼ਹਾਲੀ ਨਹੀਂ ਲਿਆਂਦੀ ਇਸ ਗੱਲ 'ਤੇ। ਫਿਰ ਪ੍ਰਾਈਸਿੰਗ ਬਾਰੇ ਗੱਲ ਕੀਤੀ ਕਿ ਜਿੰਨੀ ਮਰਜ਼ੀ ਪ੍ਰਾਈਸ ਹੋਣੀ ਚਾਹੀਦੀ ਹੈ, ਮਿਨੀਮਮ ਸਪੋਰਟ ਪ੍ਰਾਈਸ ਹਾਲੇ ਤੱਕ ਤਾਂ ਦੇ ਰਹੇ ਆ, ਪਰ ਓਪਨ ਮਾਰਕੀਟ ਕਰਨੀ ਚਾਹੁੰਦੇ ਆ, ਕਿਉਂਕਿ ਇੰਟਰਨੈਸ਼ਨਲ ਪ੍ਰੈਸ਼ਰ ਵੀ ਆ WTO ਦਾ,
इस करके कांग्रेस वाले तो आम आदमी वाली पार्टी वाले भी बोल नहीं रहे इस। हाँ रौला रापा पा रहे हैं पर अपने पार्लीमेंट दे विच जिदा साडे नाल उन्होंने वादा किया सी, कांग्रेस ने भी वादा किया सी और आम आदमी पार्टी ने भी वादा किया सी कि असी बिल लैके आवांगे, पर बिल नहीं लैके आए। हो तीसरी ये तीन लॉज की जिहड़ी मेन एम आ वो है स्टोरेज। अगे स्टोरेज बहुता लंबा चिर नहीं सी कर दिंदे, उहदा रीज़न यह सी कि उहदे नाल प्राइस बढ़ जाती है और शहरां च रहण वाले लोगों नूं ईवन जिहड़े पिंडां दे विच जिहड़े खेतीबाड़ी नहीं करते वो जिहड़ी चीज़ लैंदे ने उहनां नूं महंगी मिलेगी, इस करके महंगाई नूं रोकण लई स्टोरेज फैसिलिटीज़ ते कुछ लाभ बनाए सी। ये वड्डियां जिहड़ियां सनअतां हुण बैठियां आ, वड्डे व्यापारी बैठे आ, उन्होंने कोशिश की है कि असी इस जिहड़े पुराना जिन्ने कानून सी वो खत्म किए जाण। एक मिनट एक कॉलर ले ही लैने पहला ये गलबात जारी रखांगे। हाँ जी जसवीर सिंह जी धन्यवाद। सरदार जी मैं तो पहला तो थोनू बधाई देनी चाहता सी, बहुत देर बाद तुहाडी आवाज सुनी है, परमात्मा थोनू तंदुरुस्ती देवे। थैंक यू। दूसरी मैं कॉमेंट यह करना सी कि जेडे ढंग नाल तुसी एनालिसिस कर रहे हो जिवें हुण तुसी आ कानूनां दी गल कर रहे सी ना, एक आम जिहनू लेमैन असीं कह दिंदे आ उहदी समझ दी पकड़ विच आउण दे बहुत नज़दीक हो जांदा। गल्लां ते होर भी बहुत हुंदियां, मैनूं लगदा इहदे विच तुहाडा जिहड़ा इक विलक्षणता उह है कि तुसी जिहड़ी पढ़ाई कीती आ उह पढ़ाई दे विच सरलता दे नाल आपणी बोली दे विच उहदा उलथा करना और उस उलथे नाल जानकारी दे विच जिहड़ी आम बंदे दी पकड़ विच आवे ना, इह बहुत अहमियत रखदी है। पढ़े लिखे तो बहुत ने बंदे पर पढ़न दे नाल नाल मनुख जदों दूसरे नाल डायलॉग करदा गलबात करदा उहदे विच इह अहसास बहुत घट आउंदा कि जिहड़ी गल मैं कर रिहा उह दूसरे नूं समझ भी आ रही है कि नहीं आ रही। तो उहदे लई मैं तां बहुत मिस कीता तुहानूं, मैं कई वारी सरदार गिल नूं भी पुछिया महाराज तुहानूं तंदुरुस्ती देवे जिहड़े ढंग नाल तुसीं गलबात करदे हो, जिहड़े ढंग दे नाल तुसीं मुद्दे नूं ਵਖਿਆਨ ਕਰ ਦਿਓ ਤੇ ਸਾਡੀ ਪਕੜ ਵਿੱਚ ਆਉਂਦਾ। ਬਾਕੀ ਬੰਦੇ ਦੀ ਆਪਣੀ ਆਪਦੀ ਇੱਕ ਅਹਿਮੀਅਤ ਹੁੰਦੀ ਆ ਕਿ ਉਹਨੇ ਉਹ ਪਕੜ ਨੂੰ ਰੱਖ ਕੇ ਉਹਦੇ ਤੇ ਚੱਲਣਾ ਕਿ ਨਹੀਂ ਚੱਲਣਾ, ਇਹਦੇ ਲਈ ਮੈਂ ਤੁਹਾਨੂੰ ਧੰਨਵਾਦ ਦੇਣ ਲਈ ਕਾਲ ਕੀਤੀ ਹੈ। ਮਿਹਰਬਾਨੀ ਸਰਦਾਰ ਜੀ, ਬਹੁਤ ਬਹੁਤ ਥੈਂਕ ਯੂ ਵੈਰੀ ਮੱਚ ਸਰਦਾਰ ਜਸਵੀਰ ਸਿੰਘ। ਅੱਛਾ ਅਸੀਂ ਗੱਲ ਕਰਦੇ ਸੀ ਪੰਜਾਬ ਬਾਰੇ ਤੇ ਪੰਜਾਬ ਦੇ ਵਿੱਚ ਇਸ ਵੇਲੇ ਸਾਡੇ ਕੋਲ 5 million ਹੈਕਟੇਅਰਸ ਨੇ, ਸਾਡੀ ਜਿੰਨਾ ਇਲਾਕਾ ਹੈ 5 million ਹੈਕਟੇਅਰ ਦਾ ਮਤਲਬ ਤੁਸੀਂ 1 hectare ਦੇ ਵਿੱਚ 2.5 acres ਹੁੰਦੇ ਆ ਅਤੇ ਪੰਜਾਬ ਦੇ ਵਿੱਚ 84% ਜ਼ਮੀਨ ਜਿਹੜੀ ਹੈ ਉਹ ਖੇਤੀਬਾੜੀ ਦੇ ਕੰਮ ਆਉਂਦੀ ਹੈ 84% 4.2 million। ਅਤੇ ਤੁਸੀਂ ਸ਼ਾਮਲ ਹੋ ਸ਼ੇਰੇ ਪੰਜਾਬ 600 AM ਡਾਇਲ 'ਤੇ, ਸਵਾਗਤ ਹੈ ਤੁਹਾਡਾ ਸ਼ੇਰੇ ਪੰਜਾਬ 600 AM ਡਾਇਲ 'ਤੇ। ਸਾਡੇ ਸਟੂਡੀਓ ਦਾ ਨੰਬਰ ਹੈ 604-204-0600। ਔਲਖ ਸਾਹਿਬ, ਔਲਖ ਸਾਹਿਬ ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ ਜਿਹੜੇ ਕਿਸਾਨਾਂ ਦੀ ਮੂਵਮੈਂਟ ਦੇ ਵਿੱਚ ਉਹਨਾਂ ਨੇ ਜਿਹੜੇ ਸੈਂਟਰਲ ਗੌਰਮੈਂਟ ਨੇ ਰੱਖੀ ਹੈ ਨਾ ਗੱਲ, ਉਹ ਉਹਨਾਂ ਨੇ ਕਿਹੜਾ ਵੱਡਾ ਪੁਆਇੰਟ ਰੱਖਿਆ ਵਾ ਵੀ ਜਿਹੜੇ ਕਿਸਾਨ ਇੰਨੀ ਛੋਟੀ ਉਹਨਾਂ ਦੀ ਹੋਲਡਿੰਗ ਰਹਿ ਗਈ ਆ ਵੀ ਉਹ ਵਾਹੀ ਯੋਗ ਨਹੀਂ ਗੇ, ਉਹ ਇਕਨੋਮਿਕਲੀ ਉਹ ਸਰਵਾਈਵ ਨਹੀਂ ਕਰ ਸਕਦੇ, ਦੋ ਦੋ ਤਿੰਨ ਤਿੰਨ ਏਕੜ ਦੇ ਫਾਰਮ ਸਾਰੇ ਰਹਿ ਗਏ ਸੀ, ਡਿਵੀਜ਼ਨ ਸਬ ਡਿਵੀਜ਼ਨ ਹੁੰਦੀ ਕਰਕੇ ਥੋੜ੍ਹੇ ਥੋੜ੍ਹੇ ਫਾਰਮ ਛੋਟੇ ਰਹਿ ਗਏ ਆ। ਮੈਂ ਇੰਟਰਨੈਟ ਤੋਂ ਕੱਢ ਕੇ ਵੇਖਿਆ ਵਾ ਜਪਾਨ ਅਤੇ ਜਿਹੜਾ ਇਜ਼ਰਾਈਲ ਆ ਉਹਨਾਂ ਨਾਲੋਂ, ਜਪਾਨ ਦੇ ਨਾਲ ਦੋਵਾਂ ਦੇਸ਼ਾਂ ਨਾਲੋਂ ਜਿਹੜੇ ਸਾਡੇ ਕਿਸਾਨ ਹੈ ਨਾ ਇਹਨਾਂ ਦੀ ਹੋਲਡਿੰਗ ਜ਼ਿਆਦਾ ਵਾ, ਔਰ ਦੋਵੇਂ ਇਜ਼ਰਾਈਲ ਅਤੇ ਜਿਹੜਾ ਆਪਣੇ ਜਪਾਨ ਆ ਨੰਬਰ 1 ਖੇਤੀ ਕਰ ਰਿਹਾ, 3 acres ਫਾਰਮ ਦੇ ਵਿੱਚ ਵਧੀਆ ਖੇਤੀ ਹੋ ਸਕਦੀ ਆ ਜੇ ਐਗਰੀਕਲਚਰ ਇੰਪਰੂਵਮੈਂਟ ਸਰਕਾਰ ਉਹਨਾਂ ਨੂੰ ਮੁਹੱਈਆ ਕਰਾਵੇ, ਛੋਟੇ ਟਰੈਕਟਰ 3-4 ਹੱਲਾਂ ਵਾਲੇ ਟਰੈਕਟਰ ਅਤੇ ਨਿੱਕੀ ਅਤੇ ਸਾਰਾ ਪਾਣੀ ਦਾ ਪ੍ਰਬੰਧ ਕਰੇ। ਪਾਣੀ ਦਾ ਪ੍ਰਬੰਧ ਇਸ ਵੇਲੇ ਪੰਜਾਬ ਪਾਣੀ ਦੇ ਪ੍ਰਬੰਧ ਹੋ ਹੀ ਤੋਂ ਇਤਿਹਾਸ ਬਣ ਰਿਹਾ ਵਾ, ਪਾਣੀ ਸਾਡੇ ਪੰਜਾਬ 'ਚ ਅਜੇ ਵੀ ਬਹੁਤ ਆ, ਦਰਿਆ 3-4 ਜਿਹੜੇ ਪਹਾੜਾਂ 'ਚ ਪੈਂਦੇ ਆ ਉਹਨਾਂ ਦਾ ਮੂੰਹ ਮੋੜ ਕੇ
ਤੇ ਪਾਕਿਸਤਾਨ ਕੋਲ ਪਾਣੀ ਵਾਧੂ ਆ, ਉਦੋਂ ਪਾਕਿਸਤਾਨ ਗਈ ਆਪਣੇ ਹਿੱਸੇ ਤੋਂ ਵੱਧ ਪਾਣੀ ਲੈ ਰਿਹਾ ਵਾ। ਪਾਕਿਸਤਾਨ ਕੋਲ ਜਿਹੜਾ ਇਕੱਲਾ ਸਿੰਧ ਦਰਿਆ ਹੀ ਆ ਨਾ, ਉਹਦਾ ਹੀ ਨਹੀਂ ਪਾਣੀ ਵਿਕਦਾ, ਇੰਨਾ ਉਹ ਦਰਿਆ 'ਚ ਪਾਣੀ ਆ, ਅਤੇ ਉਹ ਸਿੱਧਾ ਪਾਣੀ ਜਿਹੜਾ ਸਮੁੰਦਰ ਦੇ ਵਿੱਚ ਜਾ ਰਿਹਾ। ਪਾਕਿਸਤਾਨ ਅਜੇ ਤਾਈਂ ਉਹਨੂੰ ਐਗਰੀਕਲਚਰ ਦੇ ਵਿੱਚ ਯੂਜ਼ ਨਹੀਂ ਕਰ ਸਕਿਆ। ਸੋ ਇਹੀ ਨਿੱਕੀਆਂ ਇਹੋ ਜਿਹੀਆਂ ਗੱਲਾਂ ਵਾ ਹੱਲ ਕਰ, ਕਿਸਾਨਾਂ ਦੀ ਜ਼ਮੀਨ ਖੋਣ ਦੀ ਬਜਾਏ ਵੀ ਵੱਡੇ 10-10 ਹਜ਼ਾਰ ਏਕੜ ਦੇ ਫਾਰਮ ਬਣਾ ਦਿੱਤੇ ਜਾਣ, ਬਿਲਕੁਲ ਗਲਤ ਗੱਲ ਆ। ਕਿੰਨੇ ਲੋਕ ਉੱਥੋਂ ਉੱਜੜ ਜਾਣਗੇ, ਕਿੱਧਰ ਜਾਣਗੇ ਉਹ ਲੋਕ, 2-2-3 ਏਕੜ ਦੇ ਵਿੱਚ ਜਿਹੜੇ ਫਾਰਮ ਛੋਟੇ ਆ, ਲੋਕ ਖੁਸ਼ ਆ ਆਪਣੇ ਸਵੇਰੇ ਉੱਠ ਕੇ ਕੰਮਾਂ 'ਤੇ ਜਾਂਦੇ ਆ, ਅਤੇ ਵਧੀਆ ਆਪਣੇ ਉਹਦੇ ਵਿੱਚ ਉਹਨੇ ਜੋਗੇ ਗੁਜ਼ਾਰੇ ਨਾਲ ਉਹ ਆਪਣਾ ਦੁੱਧ ਅਤੇ ਆਪਣੇ ਕਣਕ ਅਤੇ ਝੋਨਾ ਪੈਦਾ ਕਰ ਸਕਦੇ, ਆਪਣੀ ਖੁਰਾਕ ਲਈ ਕੁਛ ਨੌਕਰੀ ਨੁਕਰੀ ਕਰ ਲੈਂਦੇ ਆ, ਵਧੀਆ ਪੰਜਾਬ ਜਿਹੜਾ ਗੁਜ਼ਾਰਾ ਕਰ ਰਿਹਾ, ਅਤੇ ਕਰ ਇਹਦੇ ਗਾਂਹ ਹੋਰ ਵੀ ਸੰਭਾਵਨਾ ਬਹੁਤ ਜ਼ਿਆਦਾ। ਤੁਹਾਡਾ ਕੀ ਖਿਆਲ ਦੇ ਬਾਰੇ? ਇੱਕ ਦਿਨ ਅਸੀਂ ਕੋਈ ਸਪੈਸ਼ਲ ਪ੍ਰੋਗਰਾਮ ਕਰਾਂਗੇ, ਜਿਹੜੇ ਸਲਿਊਸ਼ਨ ਆ, ਜਿਹੜੇ ਜਿਹੜੇ ਵੀ ਹੱਲ ਹੈ ਨੇ ਸਾਡੇ ਐਗਰੀਕਲਚਰ ਸੈਕਟਰ ਦੇ ਵਿੱਚ, ਅਤੇ ਤੁਹਾਡਾ ਸ਼ੁਕਰੀਆ ਉਹਨਾਂ ਨੂੰ ਇੰਡੀਕੇਟ ਕਰਨ ਦਾ, ਅਗਲੀ ਵਾਰ ਗੱਲਬਾਤ ਕਰਾਂਗੇ। ਹਾਂਜੀ ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪਰਿਵਾਰ ਸਾਹਿਬ, ਕੀ ਹਾਲ ਚਾਲ? ਹਾਂਜੀ ਠੀਕ ਹੈ, ਰੱਬ ਦਾ ਮਿਹਰ ਹੈ ਬਸ। ਬਸ ਬਸ ਇਹ ਮਿਹਰ ਹੈ ਤੁਹਾਨੂੰ, ਰੱਬ ਦੀਆਂ ਲੈਣੀਆਂ ਤੁਹਾਨੂੰ ਦੇਣੀਆਂ ਸੀ, ਅਸੀਂ ਕਿਹਾ ਤੁਹਾਡੀ ਆਵਾਜ਼ ਸੁਣੀ ਆ, ਬਸ ਜਿੱਦਾਂ ਕਹਿੰਦੇ ਹੁੰਦੇ ਵੀ ਰੀਅਲੀ ਅਪਰੀਸ਼ੀਏਟ, ਸ਼ੁਕਰੀਆ। ਥੈਂਕ ਯੂ, ਥੈਂਕ ਯੂ, ਨਾਈਸ ਟੂ ਹੀਅਰ ਫਰਮ ਯੂ ਅਗੇਨ। ਥੈਂਕ ਯੂ ਵੈਰੀ ਮਚ। ਤੁਹਾਡਾ ਇਹ ਪ੍ਰੋਗਰਾਮ 9-11 ਤੱਕ ਹੋਇਆ ਕਰ? ਨਹੀਂ ਨਹੀਂ, ਵੈਸੇ ਮੈਂ ਤਾਂ ਅੱਜ ਆਇਆ ਕਿਉਂਕਿ ਸਰਦਾਰ ਹਰਜੀਤ ਸਿੰਘ ਗਿੱਲ ਹੋਣੀ ਛੁੱਟੀ ਕਰਨੀ ਸੀ, ਤਾਂ ਮੈਨੂੰ ਅੱਜ ਸੱਦਿਆ ਗਿਆ ਸੀ। ਚਲੋ ਹਾਂਜੀ, ਇਹਦੇ ਵਿੱਚ ਓਕੇ, ਤੁਹਾਡੀ ਮੁਲਾਕਾਤ ਫੇਰ ਹੋ ਗਈ। ਚਲੋ ਵਧੀਆ ਜੀ, ਥੈਂਕ ਯੂ, ਥੈਂਕ ਯੂ, ਬਾਏ ਬਾਏ। ਅੱਛਾ, ਅਸੀਂ ਗੱਲਬਾਤ ਕਰ ਰਹੇ ਹਾਂ ਪੰਜਾਬ ਦੇ ਵਿੱਚ ਐਜੀਟੇਸ਼ਨ ਦੀ, ਔਰ ਸੈਂਟਰ ਤਾਈਂ ਪਹੁੰਚ ਚੁੱਕੇ ਕਿਸਾਨਾਂ ਦੀ। 1947 ਦੇ ਵਿੱਚ ਜਿਹੜਾ ਬਟਵਾਰਾ ਹੋਇਆ ਸਾਡੇ, ਉਹਨੇ ਸਾਡਾ ਬੜਾ ਨੁਕਸਾਨ ਕੀਤਾ ਕਿ ਵੱਡਾ ਪੰਜਾਬ ਉੱਧਰ ਚਲਾ ਗਿਆ, ਛੋਟਾ ਜਿਹਾ ਪੰਜਾਬ ਇੱਧਰ ਰਹਿ ਗਿਆ, ਉਹਨੂੰ ਫੇਰ ਵੰਡ ਦਿੱਤਾ ਗਿਆ। ਅਤੇ 1947 ਦੇ ਵਿੱਚ ਜਿਹੜਾ ਪੰਜਾਬ ਹਿੰਦੁਸਤਾਨ ਦੇ ਵਿੱਚ ਆਇਆ ਸੀ, ਇਹ ਇੱਕ ਅਨਾਜ ਵੱਲੋਂ ਘਾਟੇ ਵਾਲਾ ਪੰਜਾਬ ਦੇ ਵਿੱਚ ਸੀ। ਪੂਰੀ ਲੈਂਡ ਦੇ ਵਿੱਚ 4.3 ਮਿਲੀਅਨ, 43 ਲੱਖ ਲੋਕ ਹਿੰਦੁਸਤਾਨ ਆਏ, 42 ਲੱਖ ਲੋਕ ਪਾਕਿਸਤਾਨ ਗਏ, ਔਰ 10 ਲੱਖ ਲੋਕ ਸ਼ਿਕਾਰ ਹੋਏ ਇਸ ਵਾਇਲੈਂਸ ਦਾ, ਜਿਹਦੇ ਵਿੱਚ ਮਾਰੋ ਮਾਰ ਹੋਈ ਹੈ, ਮਾਰ ਧਾੜ ਹੋਈ ਹੈ, ਬਲਾਤਕਾਰੀ ਹੋਈ ਹੈ। ਉਹਨੂੰ ਨਾ ਕਦੇ ਹਿੰਦੁਸਤਾਨੀ ਸਰਕਾਰ ਨੇ ਅਤੇ ਨਾ ਹੀ ਪਾਕਿਸਤਾਨੀ ਸਰਕਾਰ ਨੇ ਕਦੇ ਨਾਂ ਨਹੀਂ ਲਿਆ। ਔਰ ਮੈਂ ਸਿੱਖਾਂ ਤੋਂ ਹੈਰਾਨ ਹਾਂ, 2.5 ਲੱਖ ਸਿੱਖ ਮਾਰਿਆ ਗਿਆ, ਕਿਸੇ ਨੇ ਇਹ ਨਹੀਂ ਕਿਹਾ ਵੀ ਅੱਜ ਤਾਈਂ ਘੱਲੂਘਰ ਆ, ਉਦੋਂ ਵੀ ਹੋਇਆ 1947 ਦੇ ਵਿੱਚ 2.5 ਲੱਖ ਸਿੱਖ ਮਰਿਆ, ਇਹਨਾਂ ਨੇ ਕਦੇ ਨਹੀਂ ਸ਼ਬਦ ਉਹ ਯੂਜ਼ ਕੀਤਾ। ਔਰ ਉਹਨਾਂ ਨੂੰ ਪਾਕਿਸਤਾਨ ਨੂੰ ਪਾਪੂਲੇਸ਼ਨ ਮਿਲੀ 55% ਵੱਡੇ ਪੰਜਾਬ ਦੀ ਜੋ ਬਟਵਾਰਾ ਹੋਇਆ, ਅਤੇ ਏਰੀਆ ਮਿਲਿਆ 62%, ਅਤੇ ਇਨਕਮ ਜਿਹੜੀ ਸੀ ਸਾਰੀ 70% ਉਹਨਾਂ ਦੇ ਕੋਲ ਗਈ, 30% ਇੱਧਰ ਹਿੰਦੁਸਤਾਨੀ ਪੰਜਾਬ ਦੇ ਵਿੱਚ ਗਈ। ਸੋ ਮਾਰ ਧਾੜ ਨੇ ਤਾਂ ਚਲੋ ਬਰਾਬਰਤਾ ਕਰ ਦਿੱਤੀ ਸੀ ਸਾਰਿਆਂ ਨੂੰ, ਜਿੱਦਾਂ ਅੰਮ੍ਰਿਤਾ ਪ੍ਰੀਤਮ ਨੇ ਕਿਹਾ ਸੀ ਕਿ ਅੱਜ ਆਸ਼ ਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ, ਪਰ ਉੱਦਾਂ ਇਕਨੋਮਿਕਲੀ ਉਹਨਾਂ ਨੂੰ ਘਾਟਾ ਘੱਟ ਪਿਆ, ਇੱਧਰ ਜਿਹੜੇ ਆਏ ਲੋਕ ਸਾਡੇ ਬਾਹਰ 'ਚੋਂ ਇਹਨਾਂ ਨੂੰ ਜ਼ਿਆਦਾ ਪਿਆ। ਔਰ ਇੱਕ ਗੱਲ ਪੰਜਾਬ ਦੇ ਵਿੱਚ, ਕਿਉਂਕਿ ਇੱਥੇ ਜ਼ਮੀਨ ਜਿਹੜੀ ਕਿਸਾਨ ਗਏ ਸੀ ਪਾਕਿਸਤਾਨ ਨੂੰ, ਉਹਨਾਂ ਨੇ ਘੱਟ ਛੱਡ ਕੇ ਗਏ ਸੀ। ਤੁਹਾਡਾ ਸਵਾਗਤ ਹੈ ਸ਼ੇਰੇ ਪੰਜਾਬ 'ਤੇ 600 AM 'ਤੇ। ਮੇਰੇ ਨਾਲ ਕੈਸਰ ਜੀ ਨੇ ਲਾਈਨ 'ਤੇ, ਮੇਰਾ ਖਿਆਲ ਇਹ ਹੀ ਹੈ ਲਿਖਿਆ ਤਾਂ ਇੰਨਾ ਹੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹਾਂਜੀ ਮੈਂ ਤੇ ਸਰਦਾਰ ਅਜੀਤ ਸਿੰਘ ਗਿੱਲ ਹੋਣਾ ਦਾ ਪ੍ਰੋਗਰਾਮ ਹੈ ਵੈਸੇ। ਹਾਂਜੀ ਮੈਂ ਵੀ ਹਲੇ ਖੋਲਿਆ ਹੀ ਸੀ, ਤੇ ਮੈਂ ਤੁਹਾਡਾ ਸੁਣਿਆ ਪੰਜਾਬ ਤੇ ਜੋ ਵੀ ਪਾਰਟੀਸ਼ਨ ਦਾ। ਹਾਂਜੀ
ਮੈਂ ਕਿਹਾ ਥੋੜੀ ਜਿਹੀ ਮੰਮੀ ਆਪਣੀ ਨਾਲ ਸ਼ੇਅਰ ਕਰਦਾ ਹਾਂਜੀ ਕਿ ਇਹ ਮਤਲਬ ਇਹ ਵੇ ਕਿ ਤੁਸੀਂ ਕਹਿੰਦੇ ਨਾ ਵੀ ਉਧਰ ਜ਼ਿਆਦਾ ਚਲੀ ਗਈ ਮੈਂ ਤਾਂ ਅੰਕੜੇ ਹੀ ਪੜ ਰਿਹਾ ਸੀ ਮੈਂ ਆਪਣੀ ਸਟੱਡੀ ਤੋਂ ਹੀ ਪੜ ਰਿਹਾ ਸੀ ਮੈਂ ਸਹੀ ਕਰ ਦਿੰਦੀ ਹਾਂ ਨਾ ਮਤਲਬ ਕਿ ਨਹੀਂ ਸਹੀ ਕਿਹੜੇ ਕਰਨੇ ਉਹ ਤਾਂ ਅੰਕੜੇ ਆ ਮੈਂ ਅੰਕੜਾ ਵਿਭਾਗ ਚੋਂ ਲੈ ਕੇ ਦਿੱਤੇ ਹਾਂਜੀ ਇਹੋ ਹੀ ਹੈ ਨਾ ਆਪਣੀ ਵੀ ਤਾਰੀਖ ਹੈ ਜਲੰਧਰ ਫਿਰੋਜ਼ਪੁਰ ਤਹਿਸੀਲ ਜ਼ੀਰਾ ਪਾਕਿਸਤਾਨ ਚ ਸੀ ਔਰ ਇਹਨਾਂ ਨੇ ਸਿਰਫ ਕਸ਼ਮੀਰ ਤੇ ਕਬਜ਼ਾ ਕਰਨ ਦੇ ਮਾਰੇ ਗੇਟ ਮੇਟਰ ਲਾ ਲਈ ਤੇ ਉਹ ਕੱਟ ਦਿੱਤਾ ਜਿਹਦੀ ਵਜ੍ਹਾ ਤੋਂ ਕਤਲੇਆਮ ਜ਼ਿਆਦਾ ਹੋਇਆ ਜਿਨ੍ਹਾਂ ਦਾ ਹੋਇਆ ਉਹ ਤੇ ਅੱਜ ਤੱਕ ਵੀ ਖਸਾਰੇ ਪੂਰੇ ਨਹੀਂ ਪਾਈ ਹੋਏ ਇਹ ਹੁਣ ਤੁਸੀਂ ਦੇਖ ਲਓ ਇਹਨਾਂ ਨੇ ਉਹ ਗੋਲਮੇਜ਼ ਕਾਨਫਰੰਸਾਂ ਹੋਈਆਂ ਇਹਨਾਂ ਨੂੰ ਦਲਿਤਾਂ ਨੂੰ ਉਹਨਾਂ ਨੇ ਪੂਨਾ ਕਮਿਊਨਲ ਅਵਾਰਡ ਲੈ ਕੇ ਦਿੱਤਾ ਇਹਨਾਂ ਨੇ ਪੂਨਾ ਪੈਕਟ ਕਰਕੇ ਉਹਨਾਂ ਦੇ ਹੱਥ ਤੋੜ ਲਿਆ ਫਿਰ ਇਹਨਾਂ ਨੇ ਹੁਣ ਤੁਹਾਡੇ ਨਾਲ ਵੀ ਉਹ ਕੁਛ ਕੀਤਾ ਹੁਣ ਇਹ ਦੇਖ ਲਓ ਇਹ ਕਾਇਦੇ ਆਜ਼ਮ ਨੇ ਹਮੇਸ਼ਾ ਕਿਹਾ ਸੀ ਕਿ ਸਾਨੂੰ ਸਾਡੀ ਆਬਾਦੀ ਦੇ ਲਿਆ ਤੇ ਸੀਟਾਂ ਦੇ ਦਿਓ ਨਿਸ਼ਸਤਾਂ ਦੇ ਦਿਓ ਨਹੀਂ ਦਿੱਤੀਆਂ ਇਹਨਾਂ ਨੇ ਨਹੀਂ ਦਿੱਤੀਆਂ ਮੁਆਹਦਾ ਕਰ ਲੈਣਾ ਉਹ ਫਿਰ ਮੁਕਰ ਜਾਣਾ ਮੁਆਹਦਾ ਕਰ ਲੈਣਾ ਮੁਕਰ ਜਾਣਾ ਹਾਰ ਕੇ ਉਹਨਾਂ ਨੇ ਕਿਹਾ ਸਾਡਾ ਇਲਾਕਾ ਜਿੰਨੇ ਸਾਡੀ ਆਬਾਦੀ ਦੇ ਲਿਆ ਤਾਂ ਬੰਦ ਅਲੱਗ ਕਰ ਦਿਓ ਇਹਨਾਂ ਨੇ ਫਿਰ ਬੜੀ ਮੁਸ਼ਕਲ ਨਾਲ ਉਹ ਕੀਤਾ ਲੇਕਿਨ ਫਿਰ ਵੀ ਡੰਡੀ ਮਾਰੀ ਜਿਹੜਾ ਪੈਸਾ ਮਿਲਣਾ ਸੀ ਉਹਦੇ ਚ ਵੀ ਥੋੜਾ ਜਿਹਾ ਦਿੱਤਾ ਉਹ ਵੀ ਜਦੋਂ ਗਾਂਧੀ ਜੀ ਨੇ ਥੋੜਾ ਜਿਹਾ ਮਰਨ ਵਰਤ ਰੱਖਿਆ ਫਿਰ ਥੋੜੇ ਪੈਸੇ ਦਿੱਤੇ ਬਾਕੀ ਨਹੀਂ ਇਹਨਾਂ ਨੇ ਹਿਸਾਬ ਦਿੱਤਾ ਤੇ ਉਹ ਡਾਢੇ ਦਾ 700 ਤੇ ਹੁਣ ਆ ਤੁਸੀਂ ਇਹ ਦੇਖ ਲਓ ਕਸ਼ਮੀਰ ਚ ਕੀ ਹੋਇਆ ਹੁਣ ਤੁਹਾਡੇ ਨਾਲ ਕੀ ਹੋ ਰਿਹਾ ਕਿੰਨੇ ਮਹੀਨੇ ਬਣ ਹੋ ਗਏ ਨੇ ਕਿ ਬੈਠੇ ਦਿੱਲੀ ਚ ਸੁਣਦੇ ਨੇ ਕਿਸੇ ਦੀ ਗੱਲ ਇਹਨਾਂ ਦੀ ਹਾਲੇ ਵੀ ਉਹੀ ਪਾਲਿਸੀ ਜਿਹੜੇ ਹੁਕਮਰਾਨ ਨੇ ਕਿ ਕਿਸੇ ਨੂੰ ਹੱਕ ਨਹੀਂ ਦੇਣਾ ਉਹ ਦੇਖ ਲਓ ਕਹਿੰਦੇ ਹੁੰਦੇ ਨੇ ਕਿ ਜੱਟ ਗੰਨਾ ਨਹੀਂ ਦਿੰਦਾ ਗੁੜ ਦੀ ਰਿਓੜੀ ਦਿੰਦਾ ਉਹ ਹਿਸਾਬ ਇਹਨਾਂ ਨੇ ਕਰਨਾ ਇਹ ਚਾਹੁੰਦੇ ਨੇ ਕਿ ਛਰ ਪਵੇ ਇਹਨਾਂ ਨੂੰ ਕੁਚਲੀਏ ਇਹਨਾਂ ਨੇ ਦੇਖ ਲਓ ਹਰ ਇੱਕ ਜਿਹੜੀਆਂ ਸੀ ਇਹਨਾਂ ਨੇ ਸਿਰਫ ਆਪਣਾ ਹੱਕ ਸਮਝਿਆ ਕਿ ਅਸੀਂ ਬਾਲਾ ਦੱਸਦੇ ਹਾਂ ਹੱਕ ਨਹੀਂ ਦਿੰਦੇ ਆਵਾਮ ਨੂੰ ਉਹਨਾਂ ਦਾ ਪੂਰਾ ਹੱਕ ਨਹੀਂ ਦਿੰਦੇ ਹੁਣ ਦੋਵਾਂ ਪਾਸਿਆਂ 'ਚ ਉਹ ਕੁਛ ਇਹ ਨਹੀਂ ਕਿ ਉੱਥੇ ਵੀ ਇਹ ਕੁਛ ਜਿਹੜੇ ਲੋਕ ਇੱਧਰੋਂ ਉੱਧਰ ਗਏ ਉਹ ਹਾਲੇ ਤੱਕ ਸੈੱਟ ਨਹੀਂ ਹੋਏ ਲੋਕ ਵਿਚਾਰੇ ਉਹ ਹਾਲੇ ਆਪਣੇ ਇੱਧਰ ਯਾਦ ਕਰਦੇ ਜਿਹੜੇ ਇੱਧਰ ਆਏ ਉਹ ਉੱਧਰ ਯਾਦ ਕਰਦੇ ਤੇ ਅਵਾਮ ਸਫ਼ਰ ਕਰਦੀ ਜਿਹੜੀ ਰਿਆ ਆ ਉਹ ਮਾਰੀ ਜਾਂਦੀ ਹੁਕਮਰਾਨ ਜਿਹੜੇ ਨੇ ਉਹ ਬਸ ਪਾਲਿਸੀਆਂ ਬਣਾਉਂਦੇ ਨੇ ਤੇ ਆਪਣੀ ਪਾਲਿਸੀ ਮੁਸੱਲਤ ਕਰਦੇ ਨੇ ਤੇ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਜਿਵੇਂ ਦਬਾ ਕੇ ਰੱਖਿਆ ਜਾਏ ਤੇ ਸਾਡੇ ਤਹਿਤ ਹੀ ਇਹ ਰਹਿਣ ਤੇ ਆਪਣਾ ਹੱਕ ਨਾ ਮੰਗਣ ਅਸੀਂ ਤੇ ਹਰ ਵੇਲੇ ਹੁਣ ਆ ਦੁਆ ਕਰ ਦੇਈ ਦੀ ਹੈ ਕਿ ਅੱਲਾ ਜਿਹੜੇ ਦਿੱਲੀ 'ਚ ਬੈਠੇ ਉਹਨਾਂ ਦੀ ਵੀ ਸੁਣ ਲਾ ਉਹਨਾਂ ਦਾ ਵੀ ਹੱਕ ਲੈ ਦੇ ਕੋਈ ਬਹੁਤਾ ਸ਼ਰ ਨਾ ਪਵੇ ਕਿਉਂਕਿ ਗਰੀਬ ਮਾਰ ਹੁੰਦੀ ਸ਼ੁਕਰੀਆ ਭਾਈ ਟਾਈਮ ਥੈਂਕ ਯੂ ਵਾਕਿਆ ਇਹਨਾਂ ਦੀ ਗੱਲ ਠੀਕ ਹੈ ਕਿ ਜਿਹੜੇ ਬੰਦੇ ਜਾਂ ਪਾਕਿਸਤਾਨ ਤੋਂ ਆਏ ਜਾਂ ਹਿੰਦੁਸਤਾਨ ਤੋਂ ਉੱਧਰ ਗਏ ਆ ਉਹ ਅਜੇ ਤੱਕ ਸੈਟਲ ਨਹੀਂ ਹੋਏ ਸਾਡੀ ਦਾਦੀ ਯਾਦ ਕਰਦੀ ਹੁੰਦੀ ਸੀ ਉਹਦੀ ਸਾਡੇ ਗੁਆਂਢਾਂ ਹੀ ਵੈਸੇ ਉੱਠ ਕੇ ਗਏ ਸੀ ਫਾਤਮਾ ਕੋਈ ਉਹਦੀ ਦੋਸਤ ਹੁੰਦੀ ਸੀ ਅਤੇ ਉਹਨੂੰ ਯਾਦ ਕਰਦੀ ਹੁੰਦੀ ਸੀ ਵਿਚਾਰੀ ਯਾਦ ਕਰਦੀ ਮਰ ਗਈ ਅਤੇ ਕਦੇ ਮਿਲੀ ਨਹੀਂ ਮੇਰਾ ਖਿਆਲ ਅੱਜ ਉਹ ਪਤਾ ਨਹੀਂ ਕਿੱਥੇ ਹੋਣੀ ਸਾਨੂੰ ਸਾਡੇ ਨਾਲ ਕੋਈ ਕੋਂਟੈਕਟ ਨਹੀਂ ਕੋਈ ਉਹਨਾਂ ਦੀ ਕਮਿਊਨੀਕੇਸ਼ਨ ਨਹੀਂ ਸੀ ਪਰ ਖੈਰ ਅਸੀਂ ਐਜੂਕੇਸ਼ਨ ਬਾਰੇ ਗੱਲ ਕਰਦੇ ਹਾਂ ਜਿਹੜੀ ਅੰਕੜਿਆਂ ਦੇ ਆਧਾਰ 'ਤੇ ਮੈਂ ਗੱਲ ਕਰਦਾ ਜਿਹੜੇ 1947 ਦੇ ਵਿੱਚ ਇਹ ਕੋਈ ਵੱਧ ਘਾਟੇ ਵਾਲੀ ਗੱਲ ਨਹੀਂ ਹੈ ਇਹ ਤਾਂ ਕਿਰਸਾਨੀ ਦੇ ਕੋਲ ਉੱਥੇ ਖਾਸ ਤੌਰ 'ਤੇ ਸਿੱਖਾਂ ਦੇ ਕੋਲ ਆਬਾਦੀ ਘੱਟ ਸੀ ਪਰ ਇਹਨਾਂ ਦੇ ਕੋਲ ਜ਼ਮੀਨ ਜ਼ਿਆਦਾ ਸੀ ਆਬਾਦੀ ਸਿੱਖਾਂ ਦੀ ਸਾਂਝੇ ਪੰਜਾਬ ਦੇ ਵਿੱਚ ਸਿਰਫ 13% ਹੁੰਦੀ ਸੀ ਪਰ ਜ਼ਮੀਨ ਇਹਨਾਂ ਦੇ ਕੋਲ 32% ਹੁੰਦੀ ਸੀ ਪੂਰਾ ਇੱਕ ਤਿਹਾਈ ਜ਼ਮੀਨ ਸਿੱਖਾਂ ਦੇ ਕੋਲ ਸੀ ਕਿਉਂਕਿ ਸਿੱਖਾਂ ਦੇ ਵਿੱਚੋਂ ਪਾਪੂਲੇਸ਼ਨ ਜ਼ਿਆਦਾ ਜੱਟਾਂ ਦੀ ਸੀ ਔਰ ਜੱਟਾਂ ਦੇ ਵਿੱਚ ਜ਼ਮੀਨ ਜ਼ਿਆਦਾ ਸੀ ਇਹਨਾਂ ਦੇ ਕੋਲ ਇਸ ਕਰਕੇ ਸੀ ਜਦੋਂ 1947 ਦੇ ਵਿੱਚ ਇੱਧਰ ਆਏ ਲੋਕ ਨਾ ਉਹਨਾਂ ਨੂੰ 19 ਲੱਖ ਏਕੜ ਪਾਕਿਸਤਾਨ ਦੇ ਵਿੱਚ ਜਿਹੜੇ ਲੋਕ ਗਏ ਆ ਛੱਡ ਕੇ ਗਏ ਅਤੇ ਜਿਹੜੇ ਹਿੰਦੂ ਸਿੱਖ ਉੱਥੋਂ ਵਾਪਸ ਆਏ ਆ ਉਹ 27 ਲੱਖ ਏਕੜ ਛੱਡ ਕੇ ਆਏ ਉੱਥੋਂ ਇਹਦਾ ਮਤਲਬ 8 ਲੱਖ ਦਾ ਫਰਕ ਸੀ ਉੱਥੇ ਇਸ ਕਰਕੇ ਹਿੰਦੁਸਤਾਨ ਦੀ ਸਰਕਾਰ ਨੇ ਉਸ ਵੇਲੇ ਗ੍ਰੇਡਡ ਕੱਟ ਜਿਹਨੂੰ ਕਿਹਾ ਜਾਂਦਾ ਜਿਹਨਾਂ ਲੋਕਾਂ ਦੇ ਕੋਲ ਕੋਈ 10 ਏਕੜ ਦੀ ਜ਼ਮੀਨ ਹੁੰਦੀ ਸੀ ਉਹਨਾਂ ਨੂੰ ਅਪ ਟੂ 10 ਏਕੜਸ ਮਤਲਬ ਜੇ
ਹੋ ਸਕਦਾ ਕਿਸੇ ਦੇ ਕੋਲ 4 acres ਹੋਵੇ, ਕਿਸੇ ਦੇ ਕੋਲ 5 acres ਹੋਵੇ, ਉਹਨਾਂ ਨੂੰ 25% ਕੱਟ ਲਾਉਂਦੇ ਸੀ। ਮਤਲਬ 8 acres ਵਾਲਿਆਂ ਨੂੰ 6 acres ਦਿੱਤੇ, ਦਸਾਂ ਵਾਲਿਆਂ ਨੂੰ 7.5 ਦਿੱਤੇ, ਅਤੇ ਜਿਨ੍ਹਾਂ ਦੇ ਕੋਲ 10 to 30 acres ਸੀ ਉਹਨਾਂ ਨੂੰ 30% ਕੱਟ ਦਿੱਤੀ। ਮਤਲਬ ਜੇ ਕਿਸੇ ਦੇ ਕੋਲ 30 acres ਸੀ ਤਾਂ 30 ਦੇ ਵਿੱਚੋਂ 20 ਰਹਿ ਗਏ ਉਹਦੇ। ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ ਉੱਧਰ 100 acres ਤੋਂ ਜ਼ਿਆਦਾ ਸੀ, 100 acres ਤੋਂ 150 acres ਤਾਈਂ, ਤਾਂ ਉਹਨਾਂ ਨੂੰ ਬਹੁਤ ਵੱਡੀ ਕੱਟ ਲਾਈ ਸੀ, ਉਹਨਾਂ 'ਤੇ 75% ਕੱਟ ਲਾਈ। ਅਤੇ ਮਤਲਬ 100 acres ਵਾਲੇ ਨੂੰ ਸਿਰਫ 25 acres ਹੀ ਮਿਲੇ। ਇਹ ਜ਼ਮੀਨ ਦੀ ਗੱਲ ਕਰਦੇ ਹਾਂ ਅਸੀਂ। ਉਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਸੀ ਉਹਦੇ ਵੱਡੀ ਵਿਪਤਾ ਇਹ ਸੀ ਕਿ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਔਰ ਅਨਾਜ ਦੀ ਪ੍ਰੋਡਕਸ਼ਨ ਸਾਡੇ ਵੱਧ ਨਹੀਂ ਸੀ ਰਹੀ। ਮੈਂ ਵੀ ਉਹ ਦਿਨ ਦੇਖੇ ਨੇ ਜਦੋਂ ਪੀਪਿਆਂ 'ਚ ਕਣਕ ਲੈਣ ਜਾਂਦੇ ਹੁੰਦੇ ਸੀ ਬੋਰੀ, ਹੁਣ ਤਾਂ ਬੋਰੀਆਂ ਦੀ ਗੱਲ ਕਰਦੇ ਨਾ ਕਿ ਨਵੀਆਂ ਨਵੀਆਂ ਮਸ਼ੀਨਾਂ ਆਈਆਂ ਉਹ 'ਚ, ਤਾਂ ਪੀਪਿਆਂ ਦੇ ਨਾਲ ਕਣਕ ਗਿਣਦੇ ਹੁੰਦੇ ਸੀ, ਇੰਨੇ ਪੀਪੇ ਨਿਕਲੇ ਇੰਨੇ ਪੀਪੇ ਨਿਕਲੇ। ਅਤੇ 1957 ਦੇ ਵਿੱਚ ਫੋਰਡ ਫਾਊਂਡੇਸ਼ਨ ਨੇ ਇੱਕ ਐਕਚੁਲੀ ਪ੍ਰੋਡਕਸ਼ਨ ਕੀਤੀ ਸੀ ਕਿ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਪਊਗੀ ਜਿਹਨੂੰ ਅਸੀਂ ਫੈਮਨ ਕਹਿੰਦੇ ਹਾਂ, ਔਰ ਉਹਨਾਂ ਦੀ ਗੱਲ ਠੀਕ ਹੀ ਨਿਕਲੀ। 1965-66 ਦੇ ਵਿੱਚ ਹਿੰਦੁਸਤਾਨ ਦੇ ਵਿੱਚ ਭੁੱਖਮਰੀ ਹੋਈ ਜਦੋਂ ਪਾਕਿਸਤਾਨ ਦੇ ਨਾਲ ਲੜਾਈ ਲੱਗੀ ਸਾਡੀ। ਉਸ ਵੇਲੇ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਸਨ, ਇਹਨਾਂ ਨੇ ਨਾਰਾ ਲਾਇਆ ਕਿ ਸੋਮਵਾਰ ਦਾ ਵਰਤ ਰੱਖਿਆ ਜਾਵੇ ਅਨਾਜ ਬਚਾਓ, ਲੋਕਾਂ ਨੂੰ ਕਿਹਾ ਕਿ 3 meals ਖਾਣ ਦੀ ਬਜਾਏ 2 ਖਾਇਆ ਜਾਵੇ। ਹੁਣ ਜਿਹੜਾ ਬੰਦਾ ਦੁਕਾਨ 'ਤੇ ਬੈਠਾ, ਜਿਹੜਾ ਬੰਦਾ ਕੁਛ ਨਹੀਂ ਕਰਦਾ, ਜਿਹੜਾ ਬੈਠਾ ਸਾਰਾ ਦਿਨ ਸੁੱਤਾ ਰਹਿੰਦਾ, ਉਹ ਤਾਂ ਭਾਵੇਂ 1 ਹੀ ਖਾਵੇ ਮੇਰੇ ਵਰਗਾ, ਉਹਨੂੰ ਵੀ ਕੋਈ ਫਰਕ ਨਹੀਂ ਪੈਂਦਾ। ਪਰ ਜਿਹੜਾ ਬੰਦਾ ਖੱਤਿਆਂ 'ਚ ਕੰਮ ਕਰਦਾ, ਜਿਹੜਾ ਬੰਦਾ ਕੋਈ ਇੰਡਸਟਰੀ ਦੇ ਵਿੱਚ ਕੰਮ ਕਰਦਾ, ਉਹ ਤੋਂ 3 meals ਵੀ ਉਹਦੇ ਲਈ ਥੋੜ੍ਹੇ ਆ, ਉਹਨੂੰ ਵਿਚਾਰੇ ਨੂੰ ਕੈਲਰੀਜ਼ ਨਹੀਂ ਮਿਲਦੀਆਂ। ਸੋ ਇਸ ਕਰਕੇ ਉਸ ਵੇਲੇ ਇਹਨਾਂ ਨੂੰ ਮਜਬੂਰਨ ਗ੍ਰੀਨ ਰੈਵੋਲੂਸ਼ਨ ਅਡੋਪਟ ਕਰਨਾ ਪਿਆ। ਹਿੰਦੁਸਤਾਨ ਦੀ ਸਰਕਾਰ ਨਹੀਂ ਸੀ ਚਾਹੁੰਦੀ ਕਿ ਅਮਰੀਕਾ ਦੀਆਂ ਕੰਪਨੀਆਂ ਆਉਣ ਉੱਥੇ, ਔਰ ਉਹਨਾਂ ਦੀ ਜਿਹੜੀ ਫੋਰਨ ਪੋਲਿਸੀ ਸੀ ਨੋਨ ਅਲਾਈਨਮੈਂਟ ਦੀ, ਉਹਨੂੰ ਤਬਦੀਲ ਕਰਨ। ਪਰ ਮਜਬੂਰਨ ਉਹਨਾਂ ਨੇ ਫਰਟੀਲਾਈਜ਼ਰਸ, ਇਨਸੈਕਟੀਸਾਈਡਸ, ਪੈਸਟੀਸਾਈਡਸ, ਇਹ ਸਾਰੀਆਂ ਕੰਪਨੀਆਂ ਨੂੰ ਲੈ ਕੇ ਆਏ। ਤੁਹਾਨੂੰ ਯਾਦ ਹੋਣਾ, ਜਿਹੜੇ ਲੋਕ ਮੇਰੀ ਉਮਰ ਦੇ ਆ ਉਹਨਾਂ ਨੂੰ ਯਾਦ ਹੋਣਾ ਕਿ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ ਫਰਟੀਲਾਈਜ਼ਰਸ ਵਾਲੇ, ਇਨਸੈਕਟੀਸਾਈਡ ਵਾਲੇ, ਪੈਸਟੀਸਾਈਡਸ ਵਾਲੇ, ਔਰ ਫਿਲਮਾਂ ਦਿਖਾਉਂਦੇ ਹੁੰਦੇ ਸੀ ਬਲੈਕ ਐਂਡ ਵਾਈਟ ਕਿ ਚੂਹੇ ਕਿੱਦਾਂ ਮਾਰੀਦੇ ਆ ਅਤੇ ਹੋਰ ਜਿਹੜੇ ਪੈਸਟ ਕਿੱਦਾਂ ਮਾਰੀਦੇ ਆ ਅਤੇ ਇਨਸੈਕਟ ਕਿੱਦਾਂ ਮਾਰੀਦੇ ਆ। ਉਹਨਾਂ ਦੀਆਂ ਫਿਲਮਾਂ ਦਿਖਾ ਕੇ ਕਨਵਿੰਸ ਕਰਦੇ ਹੁੰਦੇ ਸੀ ਕਿ ਤੁਸੀਂ ਖਾਦ ਵੀ ਪਾਇਆ ਕਰੋ, ਇਸ ਕਰਕੇ ਉਹਨਾਂ ਦੀ ਪ੍ਰੋਡਕਸ਼ਨ ਵਧੇ। ਔਰ ਪ੍ਰੋਡਕਸ਼ਨ ਇੰਨੀ ਵਧੀ ਅਤੇ ਉਹਦੇ ਨਾਲ ਜਿਹੜੇ ਮੇਰਾ ਖਿਆਲ ਸਰਦਾਰ ਔਲਖ ਸਾਹਿਬ ਨੇ ਇਹ ਗੱਲ ਕੀਤੀ ਸੀ ਕਿ ਸਾਡੇ ਕੋਲ ਜ਼ਮੀਨ ਘਟਣ ਲੱਗ ਪਈ, ਬਹੁਤ ਘਟ ਗਏ। ਹੁਣ ਤਾਂ ਲੋਕਾਂ ਦੇ ਕੋਲ 1 acres ਵਾਲੀ ਵੀ ਨਹੀਂ ਗੱਲ ਰਹਿ ਗਈ, ਹੁਣ ਤਾਂ ਕਨਾਲਾਂ ਵਾਲੀ ਗੱਲ ਰਹਿ ਗਈ ਆ। ਜ਼ਮੀਨ ਦੇ ਵਿੱਚ ਜੱਟ ਦੇ 3 acres ਆ, 4 acres ਆ, ਉਹਦੀ ਜਿਹੜੀ 2 acres ਆ ਉਹ 4-4 canals ਬਣ ਜਾਂਦੀ ਆ ਬਾਅਦ ਦੇ ਵਿੱਚ। ਉਹਨਾਂ ਦੇ 2-2 ਹੋ ਗਏ, ਉਹ 2-2 canals ਰਹਿ ਗਈ ਵਿੱਚ। ਇਸ ਕਰਕੇ ਜਾਂ ਜਦੋਂ ਗ੍ਰੀਨ ਰੈਵੋਲੂਸ਼ਨ ਆਇਆ ਉਸ ਤੋਂ ਬਾਅਦ ਦੀ ਜੋ ਵੀ ਟੈਕਨੋਲੋਜੀ ਅਸੀਂ ਅਡੋਪਟ ਕੀਤੀ ਉਹ ਵੱਡੇ ਜਿਹੜੇ ਜਿਨ੍ਹਾਂ ਦੇ ਕੋਲ ਵੱਡੀਆਂ ਹੋਲਡਿੰਗ ਸੀਗੀਆਂ ਉਹਨਾਂ ਦੇ ਤਾਂ ਹਿੱਤ ਦੇ ਵਿੱਚ ਸੀ, ਉਹ ਤਾਂ ਮੁਨਾਫੇ ਦੇ ਵਿੱਚ ਸੀ, ਪਰ ਜਿਹੜੇ ਛੋਟੀ ਖੇਤੀ ਕਰਦੇ ਸੀ ਉਹਨਾਂ ਦੇ ਮੁਨਾਫੇ ਦੇ ਵਿੱਚ ਨਹੀਂ ਸੀ। ਉਹ ਅੱਜ ਤਾਂ ਹੀ ਵੈਸੇ ਸੱਚ ਹੈ, ਜਿਹੜੇ ਜ਼ਿਆਦਾ ਵੱਡੇ ਫਾਰਮਰਸ ਆ ਉਹ ਤਾਂ ਕਿਤੇ ਹੋਰ ਵੀ ਜਾ ਕੇ ਵੇਚ ਜਾਂਦੇ ਆ। ਇੱਕ ਜਿਹੜਾ 40 acres 30 acres ਉਹਦੇ ਕੋਲ ਆਪਣੀ ਟਰਾਲੀ ਆ, ਆਪਣਾ ਟਰੈਕਟਰ ਆ, ਆਪਣਾ ਥਰੈਸ਼ਰ ਆ। ਮੈਂ ਯੂਪੀ ਦੇ ਵਿੱਚ ਪਿੰਡਾਂ 'ਚ ਇੱਕ ਵਾਰ ਫਿਰਿਆ ਸੀ, ਉੱਥੇ ਮੈਂ ਦੇਖਿਆ ਕਿ ਕੰਬਾਈਨਸ ਲੈ ਕੇ ਗਏ ਆਪਣੇ, ਇੱਥੇ ਪਟਿਆਲੇ ਦੇ ਬੰਦੇ ਸੀ, ਉਹਨਾਂ ਨੂੰ ਮੈਂ ਜਾ ਕੇ ਮਿਲਿਆ, ਉਹ ਬੜੇ ਹੈਰਾਨ ਹੋ ਗਏ ਕਿ ਇੱਥੇ ਪੰਜਾਬੀ ਬੰਦਾ ਤੁਰੇ ਫਿਰਦਾ, ਤਾਂ ਮੈਂ ਹੈਰਾਨ ਸੀ ਕਿ ਉਹ ਵੀ ਪੰਜਾਬੀ ਤੁਰੇ ਫਿਰਦੇ ਆ।
ਅਸੀਂ ਮੈਂ ਤਾਂ ਉੱਥੇ ਦੋਸਤ ਦੇ ਪਿੰਡ ਨੂੰ ਦੇਖਣ ਗਿਆ ਸੀ, ਪਰ ਉਹਨਾਂ ਨੇ ਮੈਨੂੰ ਦੱਸਿਆ ਕਿ ਇਹਨਾਂ ਦੇ ਇਹ ਅਗੇਤੀ, ਅਸੀਂ ਪਹਿਲਾਂ ਪੰਜਾਬ ਵੱਢਿਆ ਇਸ ਆਪਣੀ ਜ਼ਮੀਨ ਆਪਣੀ ਸਾਰੀ ਕਣਕ ਚੱਕ ਲਈ ਹੈ, ਪਰ ਹੁਣ ਇੱਥੇ ਆ ਕੇ ਯੂਪੀ ਦੇ ਵਿੱਚੋਂ ਪੈਸੇ ਬਣਾਉਣੇ ਆ। ਇਹ ਵੱਡੇ ਫਾਰਮਰਸ ਦਾ ਕੰਮ ਹੈ ਉੱਥੋਂ ਪੈਸੇ ਬਣਾਉਣਾ, ਔਰ ਪੈਸੇ ਵੀ ਚੰਗੇ ਬਣਾਉਂਦੇ ਵੱਡੇ ਫਾਰਮਰਸ। ਉਹਨਾਂ ਦੇ ਸ਼ਾਇਦ ਹਿੱਤ ਦੇ ਵਿੱਚ ਹੋਣ ਕਿ ਉਹ ਤਾਮਿਲਨਾਡੂ ਦੇ ਵਿੱਚ ਤੇਲਗੂ ਦੇਸ਼ਮ ਦੇ ਵਿੱਚ ਜਾ ਕੇ ਵੇਚ ਆਉਣ, ਕੇਰਲਾ ਦੇ ਵਿੱਚ ਵੇਚ ਆਉਣ, ਪਰ ਜਿਹੜਾ ਆਮ ਬੰਦਾ ਉਹਨੇ ਵਿਚਾਰਾ ਮੋਗੇ ਤੋਂ ਜਾ ਕੇ ਕਿੱਥੇ ਜਾ ਕੇ ਵੇਚ ਸਕਦਾ ਉੜੀਸਾ ਦੇ ਵਿੱਚ? ਉਹ ਤਾਂ ਚਾਹੁੰਦਾ ਕਿ ਮੋਗੇ ਵਾਲੀ ਮੰਡੀ 'ਚ ਵਿਕ ਜਾਵੇ ਜਾਂ ਫਰੀਦਕੋਟ ਦੀ ਮੰਡੀ 'ਚ ਵਿਕ ਜਾਵੇ। ਤੁਸੀਂ ਸ਼ਾਮਲ ਹੋ ਸ਼ੇਰੇ ਪੰਜਾਬ 600 AM ਡਾਇਲ 'ਤੇ।